ਹੈਲੋ ਸਟੂਡੈਂਟਸ ਵੈਲਕਮ ਟੂ ਸਾਉਲ ਕਸ ਸੋ ਸਟੂਡੈਂਟਸ ਮੈਂ ਅਬੀ ਸਿੰਘ ਤੁਹਾਡਾ ਸਾਰਿਆਂ ਦਾ ਸਾਡੇ ਮਿਸ਼ਨ ਪੰਜਾਬ ਪਟਵਾਰੀ ਦੇ ਐਗਰੀਕਲਚਰ ਦੇ ਓਪਨ ਐਮਸੀਕਿਊ ਸੀਰੀਜ਼ ਦੇ ਐਗਰੀਕਲਚਰ ਦੇ ਲੈਕਚਰ ਨੰਬਰ 9 ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸੋ ਸਟੂਡੈਂਟਸ ਅੱਜ ਦੇ ਲੈਕਚਰ ਵਿੱਚ ਅਸੀਂ ਲੈਕਚਰ ਨੰਬਰ 9 ਹੈ ਜੋ ਕਿ ਸਾਡੇ ਐਮਸੀਕਿਊ ਸੀਰੀਜ਼ ਦਾ ਇਹਦੇ ਵਿੱਚ ਆਪਾਂ ਆਪਣਾ ਚੈਪਟਰ ਹੈਗਾ ਜੀ ਹਾਰਮਫੁਲ ਐਂਡ ਬੈਨੀਫੀਸ਼ੀਅਲ ਇਨਸੈਕਟਸ ਐਂਡ ਐਨੀਮਲ ਫੋਰ ਐਗਰੀਕਲਚਰ ਯਾਨੀ ਕਿ ਜਿਹੜੇ ਜਿਹੜੇ ਸਟੇਟਲੀ ਲਾਭਦਾਇਕ ਤੇ ਹਾਨੀਕਾਰਕ ਜੀਵ ਤੇ ਕੀੜੇ ਉਹਨਾਂ ਬਾਰੇ ਅੱਜ ਆਪਾਂ ਡਿਸਕਸ਼ਨ ਕਰਾਂਗੇ ਉਹਨਾਂ ਦੇ ਜਿਹੜੇ ਇੰਪੋਰਟੈਂਟ ਇੰਪੋਰਟੈਂਟ MCQ's ਨੇ ਉਹਨਾਂ ਦੇ ਆਪਣੇ ਅੱਜ ਦੇ ਲੈਕਚਰ ਉਹਨਾਂ ਦੇ ਬਾਰੇ ਹੈਗਾ ਜੀ ਸੋ ਸਟੂਡੈਂਟ ਜਿਹੜੇ ਹੇਠ ਤੱਕ ਲਾਈਵ ਨਹੀਂ ਜੁੜੇ ਉਹ ਸੈਸ਼ਨ ਵਿੱਚ ਲਾਈਵ ਜੁੜ ਜੋ ਜੀ ਹਾਂਜੀ ਫਰਸਟ ਆਫ ਆਲ ਤੁਹਾਨੂੰ ਇਹ ਕਹਿਣਾ ਚਾਹਵਾਂਗੇ ਤੁਸੀਂ ਇਸ ਵੀਡੀਓ ਨੂੰ ਲਾਈਕ ਕਰਿਓ ਤੇ ਲਾਈਕ ਜਰੂਰ ਕਰਦੇ ਜਾ ਕਰੋ ਜੀ ਤੇ ਵੱਧ ਤੋਂ ਵੱਧ ਆਪਦੇ ਫਰੈਂਡਸ ਨੂੰ ਸ਼ੇਅਰ ਕਰੋ ਤਾਂ ਕਿ ਹਰ ਕੋਈ ਵੀ ਜੋ ਪਟਵਾਰੀ ਇਗਜ਼ਾਮ ਦੇ ਇੰਫੋਰਮੇਸ਼ਨ ਕਰ ਰਿਹਾ ਹੈ ਉਹ ਵੱਧ ਤੋਂ ਵੱਧ ਇਸ ਲੈਕਚਰ ਦਾ ਫਾਇਦਾ ਉਠਾ ਸਕੇ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਨਾ ਕਰਨਾ ਭੁੱਲਿਓ ਕਿਉਂਕਿ ਸਬਸਕ੍ਰਾਈਬ ਕਰੋ ਤੁਹਾਨੂੰ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜੇ ਕਿਉਂਕਿ ਇਸ ਚੈਨਲ ਤੇ ਤੁਹਾਨੂੰ ਨਾ ਸਿਰਫ ਐਗਰੀਕਲਚਰ ਬਲਕਿ ਬਾਕੀ ਜਿੰਨੇ ਵੀ ਆਪਣੇ ਸਬਜੈਕਟਸ ਹੁੰਦੇ ਆ ਜਿਵੇਂ ਪਾਵੇਂ ਤੁਹਾਡਾ ਕੁਆਂਟ ਹੈਗਾ ਰੀਜ਼ਨਿੰਗ ਹੈਗਾ ਜੀਕੇ ਹੈਗਾ ਇੰਗਲਿਸ਼ ਹੈਗਾ ਸਾਰੇ ਸਬਜੈਕਟ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਐਮਸੀਕਿਊਸ ਇਸ ਚੈਨਲ ਤੇ ਕਰਵਾਏ ਜਾਂਦੇ ਸੋ ਸਟੂਡੈਂਟਸ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਹਾਂਜੀ ਅਗਰ ਕਿਸੇ ਵੀ ਸਟੂਡੈਂਟ ਨੂੰ ਕੋਈ ਆਡੀਓ ਦੇ ਜਾਂ ਫਿਰ ਕੋਈ ਵੀਡੀਓ ਦੇ ਥੋੜਾ ਬਹੁਤ ਅਗਰ ਕਿਸੇ ਨੇ ਕੋਈ ਵਿਜ਼ਿਬਿਲਟੀ ਦਾ ਅਗਰ ਕੋਈ ਡਾਊਟ ਹੋਵੇ ਤਾਂ ਪੁੱਛ ਸਕਦਾ ਹੈ ਜੀ ਕਮੈਂਟ ਸੈਸ਼ਨ ਦੇ ਵਿੱਚ ਸੋ ਸਟੂਡੈਂਟਸ ਆਪਣਾ ਜਿਹੜਾ ਫਰਸਟ ਐਮਸੀਕਿਊ ਹੈ ਜੀ ਅੱਜ ਦਾ ਜੀ ਥੈਟ ਇਜ਼ ਨੇਮ ਦਾ ਬਰਡ ਕੌਜ਼ਿੰਗ ਦਾ ਮੈਕਸਿਮ ਡੈਮੇਜ ਟੂ ਦਾ ਕ੍ਰੋਪ ਫਸਲਾਂ ਨੂੰ ਸਭ ਤੋਂ ਵੱਧ ਨੁਕਸਾਨ ਕਿਹੜਾ ਪੰਛੀ ਪਹੁੰਚਾਉਂਦਾ ਹੈ ਤੁਸੀਂ ਦੱਸਣਾ ਹੈ ਜੀ ਕਿ ਫਸਲਾਂ ਨੂੰ ਕਿਹੜਾ ਪੰਛੀ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦਾ ਹੈ ਜੀ ਹੋਪੀ ਜਿਸ ਨੂੰ ਪੰਜਾਬੀ ਵਿੱਚ ਅਸੀਂ ਚੱਕੀ ਹਾਰ ਚੱਕੀ ਰਾਹ ਕਹਿ ਦਿੰਦੇ ਆ ਬੀ ਹੈ ਜੀ ਲੈਪ ਵਿੰਗ ਜਿਸ ਨੂੰ ਅਸੀਂ ਟਟੇਰੀ ਕਹਿ ਦਿੰਦੇ ਆ ਸੀ ਆਪਸ਼ਨ ਹੈ ਤੁਹਾਡੇ ਕੋਲ ਆਉਲ ਉੱਲੂ ਤੇ ਡੀ ਆਪਸ਼ਨ ਤੁਹਾਡੇ ਕੋਲੇ ਤੋਤੇ ਜਾਂ ਫਿਰ ਆਪਸ਼ਨ ਤੁਸੀਂ ਕਹਿ ਸਕਦੇ ਹੋ ਪੈਰ ਹਾਂਜੀ ਅਮਰਿਤਪਾਲ ਸਿੰਘ ਜੀ ਲਿਖ ਰਿਹਾ ਸੀ ਮਮਤਾ ਰਾਣੀ ਜੀ ਲਿਖ ਰਿਹਾ ਸੀ ਸੋ ਸਟੂਡੈਂਟ ਜਿਹੜਾ ਆਪਣਾ ਸੀ ਆਪਸ਼ਨ ਆਊਲ ਉਹ ਇੱਕ ਬੈਨੀਫੀਸ਼ੀਅਲ ਇਨਸੈਕਟ ਹੈ ਉਹ ਆਪਣੇ ਲਈ ਫਾਇਦੇਮੰਦ ਹੈਗਾ ਕਿ ਜਿਹੜਾ ਉੱਲੂ ਹੈਗਾ ਸਾਡੀ ਫਸਲ ਨੂੰ ਖਰਾਬ ਨਹੀਂ ਕਰਦਾ ਬਲਕਿ ਸਟੈਂਟਲੀ ਫਾਇਦੇਮੰਦ ਹੋਗਾ ਕਿਉਂਕਿ ਸੁੰਡੀਆਂ ਵਗੈਰਾ ਤੇ ਚੂਹੇ ਵਗੈਰਾ ਨੂੰ ਖਾਂਦਾ ਹੈ ਕਿਉਂਕਿ ਚੂਹੇ ਆਪਨ ਬਹੁਤ ਇੰਪੈਕਟ ਪਾਉਂਦੇ ਐ ਐਗਰੀਕਲਚਰ 'ਚ ਬਹੁਤ 네ਗਟਿਵ ਇੰਪੈਕਟ ਪਾਉਂਦੇ ਐ ਸੋ ਆਊਲ ਤਾਂ ਆਪਣੇ ਲਈ ਫਾਇਦੇਮੰਦ ਹੈ ਨਾ ਕਿ ਨੁਕਸਾਨਦਾਇਕ ਸੋ ਸਟੂਡੈਂਟਸ ਇਹਦਾ ਤੁਸੀਂ ਕਰੈਕਟ ਕਰ ਲਿਓ ਜੀ ਸ ਤੋਤੇ ਬਹੁਤ ਜ਼ਿਆਦਾ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਸਪੈਸ਼ਲੀ ਜਿਹੜੀ ਆਪਣੀ ਬਾਗਾਂ ਦੀ ਫਸਲ ਹੁੰਦੀ ਹੈ ਤੋਤੇ ਇੰਨਾ ਜ਼ਿਆਦਾ ਨੁਕਸਾਨ ਇਹ ਦੇਖੋ ਖਾਂਦੇ ਕਾਟਾ ਲੇਕਿਨ ਥੱਲੇ ਬਹੁਤ ਜ਼ਿਆਦਾ ਡੇਕਦੇ ਆਪਣੇ ਕੱਚੇ ਫਲਾਂ ਨੂੰ ਬਹੁਤ ਜ਼ਿਆਦਾ ਥੱਲੇ ਡੇਕਦੇ ਇਹਨਾਂ ਨੂੰ ਬਹੁਤ ਜ਼ਿਆਦਾ ਡੈਮੇਜ ਹੁੰਦਾ ਹੈ ਠੀਕ ਹੈ ਜੀ ਸੋ ਅਕਸਰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸਪੈਸ਼ਲੀ ਜਿਹੜੇ ਬਾਗਬਾਨੀ ਆ ਜਿਹੜੇ ਬਾਗਾਂ ਵਾਲੇ ਆਪਣੇ ਜਿਹੜੇ ਫਾਰਮਰਸ ਆ ਉਹਨਾਂ ਨੂੰ ਤਾਂ ਇਹਦੀ ਬਹੁਤ ਹੱਦ ਜ਼ਿਆਦਾ ਪ੍ਰੋਬਲਮ ਹੈ ਕਿਉਂਕਿ ਇਹਦੀ ਕੋਈ ਸਪਰੇ ਵਗੈਰਾ ਤਾਂ ਆਪਾਂ ਕਰ ਨਹੀਂ ਸਕਦੇ ਬਸ ਆਪਾਂ ਡਰਾ ਕੇ ਕੁਝ ਕਰ ਸਕਦੇ ਹਾਂ ਸੋ ਸਟੂਡੈਂਟਸ ਆਪਾਂ ਨੈਕਸਟ MCQ ਦੀ ਵੱਲ ਵੱਧਦੇ ਹਾਂ ਜੀ ਜਿਹੜਾ ਆਪਣਾ ਸੈਕਿੰਡ MCQ ਹੈ ਜੀ ਆਪਣਾ ਇਹਦਾ ਹਾਂਜੀ ਸੈਕਿੰਡ MCQ ਹੈ ਜੀ ਆਪਣਾ ਹਾਊ ਮੈਨੀ ਸਪੀਸੀਸ ਆਫ ਰੋਡੈਂਟਸ ਆਰ देयर ਇਨ ਪੰਜਾਬ ਪੰਜਾਬ ਵਿੱਚ ਕਿੰਨੀ ਕਿਸਮਾਂ ਦੇ ਚੂਹੇ ਪਾਈ ਜਾਂਦੇ ਹਨ ਕਿ ਪੰਜਾਬ ਦੇ ਵਿੱਚ ਕਿੰਨੇ ਤਰ੍ਹਾਂ ਦੇ ਚੂਹੇ ਅਲੱਗ-ਅਲੱਗ ਕਿਸਮ ਦੇ ਕਿੰਨੇ ਤਰ੍ਹਾਂ ਦੇ ਚੂਹੇ ਪਾਈ ਜਾਂਦੇ ਹਨ 6 ਤਰ੍ਹਾਂ ਦੇ 8 ਤਰ੍ਹਾਂ ਦੇ 7 ਤਰ੍ਹਾਂ ਦੇ ਜਾਂ ਫਿਰ ਡੀ ਆਪਸ਼ਨ ਤੁਹਾਡੇ ਕੋਲ ਹੈਗਾ ਜੀ 10 ਤਰ੍ਹਾਂ ਜੀ ਹਾਂਜੀ ਕੁਝ ਆਪਸ਼ਨ ਬੀ 6 ਆ ਜੀ ਵਿਭਗ गोयल ਜੀ ਤੁਹਾਡਾ ਗਲਤ ਹੈ ਜੀ ਚੰਚਲ ਮਹਾਜਨ ਨਿਧੀ ਸੈਨਾ ਜੀ ਬੀ ਆਰ ਹੈ ਜੀ ਗੁਰਪ੍ਰੀਤ ਸੀ ਸੀ ਕਾਫੀ ਸਟੂਡੈਂਟ ਸੀ ਵਾਲ ਜਾ ਰਿਹਾ ਜੀ ਹਾਂਜੀ ਬੀ ਵਾਲੇ ਬਿਲਕੁਲ ਸਹੀ ਹੈ ਜੀ ਜਿਹਨਾਂ ਦਾ ਆਨਸਰ ਬੀ ਹੈ ਜੀ ਹਾਂਜੀ ਸੋ ਸਟੂਡੈਂਟਸ ਐਟ ਦਾ ਰਾਈਟ ਤੇ ਕਰੈਕਟ ਆਨਸਰ ਹੈ ਜੀ ਕੁਲ ਮਿਲਾ ਕੇ 8 8 ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਚੂਹੇ ਪਾਈ ਜਾਂਦੇ ਸਟੂਡੈਂਟਸ ਸੋ ਕਿੰਨੇ ਤਰ੍ਹਾਂ ਦੇ ਚੂਹੇ ਪਾਈ ਜਾਂਦੇ ਪੰਜਾਬ ਦੇ ਵਿੱਚ 8 ਤਰ੍ਹਾਂ ਦੇ ਅਲੱਗ-ਅਲੱਗ ਚੂਹੇ ਪਾਈ ਜਾਂਦੇ ਆ ਠੀਕ ਹੈ ਜੀ ਸੋ ਇਹਦਾ ਰਾਈਟ ਤੇ ਕਰੈਕਟ ਆਨਸਰ ਕੀ ਹੈ ਜੀ ਬੀ ਆਪਸ਼ਨ ਸਟੂਡੈਂਟਸ ਹੋਣਾ ਆਪਾਂ ਨੈਕਸਟ ਇੰਪੋਰਟੈਂਟ MCQ ਦੇ ਵੱਲ ਵੱਧਦੇ ਹਾਂ ਜੀ ਜਿਹੜਾ ਆਪਣਾ 3rd MCQ ਹੈ ਜੀ ਹਾਂਜੀ 3rd MCQ ਹੈ ਜੀ ਆਪਣਾ ਹਾਊ ਮਚ ਸ਼ੁੱਡ ਬੀ ਹਾਈਟ ਆਫ ਦਾ ਸਕੁਅਰ ਕਰੋ ਫਰੋਮ ਦਾ ਕਰੋ ਡਰਨਾ ਫਸਲ ਤੋਂ ਕਟੋ-ਕਟ ਕਿੰਨਾ ਉੱਚਾ ਹੋਣਾ ਚਾਹੀਦਾ ਡਰਨਾ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਆਪਣਾ ਸਕੁਅਰ ਕਰੋ ਯਾਨੀ ਕਿ ਆਪਾਂ ਕੀ ਕਰਦੇ ਹਾਂ ਕਰੋ ਦੇ ਜਿਹੜਾ ਆਪਣਾ ਕਾਂ ਹੁੰਦਾ ਹੈ ਉਹਦੇ ਆਪਾਂ ਪੁਤਲੇ ਟੰਗ ਦਿੰਦੇ ਹਾਂ ਕਿਉਂਕਿ ਜਿਹੜੇ ਆਪਣੇ ਪੈਰਟ ਹੁੰਦੇ ਜਿਹੜਾ ਆਪਣਾ ਜਿਹੜਾ ਤੋਤਾ ਹੁੰਦਾ ਹੈ ਇਹ ਕਾਂ ਤੋਂ ਡਰਦਾ ਹੈ ਇਹ ਕਾਂ ਦੇ ਨਾਲ ਬੰਦੀ ਨਹੀਂ ਹੈ ਇਹ ਕਾਂ ਨੂੰ ਦੇਖ ਕੇ ਦੂਰੋਂ ਭੱਜ ਜਾਂਦਾ ਤਾਂ ਆਪਾਂ ਕੀ ਕਰਦੇ ਆ ਨਕਲੀ ਆਪਾਂ ਕਰੋ ਲਗਾ ਦੇ ਨਕਲੀ ਮਤਲਬ ਆਪਾਂ ਕਾਲੇ ਜੇ ਕਿਸੇ ਵੀ ਕਪੜੇ ਦੇ ਬਨੇ ਹੋਏ ਕੋਈ ਬਣੀ ਹੋਈ ਚੀਜ਼ ਆਪਾਂ ਕੀ ਬਣਾ ਨਕਲੀ ਕਾਮ ਬਣਾ ਦੇ ਨੇ ਜਿਸ ਨੂੰ ਆਪਾਂ ਕਰੋ ਕਹਿੰਦੇ ਨੇ ਇੰਗਲਿਸ਼ ਵਿੱਚ ਉਹ ਆਪਾਂ ਟੰਗਦੇ ਨੇ ਆ ਤੇ ਆਪਾਂ ਕਿੰਨੀ ਦੂਰੀ ਤੋਂ ਟੰਗਣਾ ਨੇ ਕਿੰਨੀ ਹਾਈਟ ਤੇ ਰੱਖਣਾ ਹੁੰਦਾ ਸੀ ਇਹ ਦੱਸਣਾ ਆਪਾਂ 2 ਮੀਟਰ ਤੇ ਰੱਖਣਾ ਹੁੰਦਾ ਜਾਂ ਫਿਰ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਜਿਹੜਾ ਆਪਾਂ ਪੁਤਲਾ ਜਾਂ ਆਪਾਂ ਖੇਤ ਦੇ ਵਿੱਚ ਟੰਗਦੇ ਆ ਉਹ ਵੀ ਤੁਸੀਂ ਕਹਿ ਸਕਦੇ ਹੋ ਤੁਸੀਂ ਦੱਸਣਾ ਕਿੰਨੇ ਮੀਟਰ ਤੇ ਰੱਖਨੇ ਆ 2 ਮੀਟਰ ਤੇ 1 ਮੀਟਰ ਤੇ 4 ਮੀਟਰ ਤੇ ਜਾਂ ਫਿਰ ਡੀ ਆਪਸ਼ਨ ਤੁਹਾਡੇ ਕੋਲੇ 10000 ਅਜੇ ਅ ਤੱਕ ਕਿਸੇ ਵੀ ਸਟੂਡੈਂਟ ਦਾ ਰਾਈਟ ਆਨਸਰ ਨਹੀਂ ਆ ਰਿਹਾ ਬਸ ਇੱਕ ਸਟੂਡੈਂਟ ਕਿਸੇ ਵੀ ਸਟੂਡੈਂਟ ਦਾ ਸੀ ਆਨਸਰ ਨਹੀਂ ਆ ਰਿਹਾ ਹਾਂਜੀ ਸੋ ਇਹਦਾ ਜਿਹੜਾ ਰਾਈਟ ਤੇ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ 1 ਮੀਟਰ ਰੱਖਦੇ ਹੁੰਦੇ ਨੇ ਜਿਹਨਾਂ ਨੂੰ ਆਪਣਾ ਡਰਨਾ ਹੁੰਦਾ 1 ਮੀਟਰ ਤੇ ਹੁੰਦਾ ਜੀ ਠੀਕ ਹੈ ਜੀ ਸੋ 1 ਮੀਟਰ ਜਿੰਨਾ ਹੁੰਦਾ ਜੀ ਸੋ ਦਾ ਰਾਈਟ ਤੇ ਕਰੈਕਟ ਆਨਸਰ ਹੈ ਜੀ 1 ਮੀਟਰ ਜਿਹੜਾ ਆਪਣਾ ਕਰੋ ਹੁੰਦਾ ਜਿਹੜਾ ਆਪਾਂ ਸਕੁਅਰ ਕਰੋ ਕਹਿੰਦੇ ਨੇ ਉਹਦੀ ਦੂਰੀ ਕਿੰਨੀ ਰੱਖਦੇ ਆ ਜੀ 1 ਮੀਟਰ ਰੱਖਦੇ ਆ ਠੀਕ ਹੈ ਜੀ ਸੋ ਤੁਸੀਂ ਯਾਦ ਰੱਖਣਾ ਹੈ ਆਪਾਂ ਹਾਈਟ ਆਫ ਦਾ ਕਰੋ ਕਿੰਨੀ ਫਸਲ ਤੋਂ ਕਿੰਨਾ ਉ ਉਹ ਫਸਲ ਤੋਂ ਆਪਾਂ 1 ਮੀਟਰ ਉੱਚਾ ਰੱਖਣਾ ਹੈ ਠੀਕ ਹੈ ਜੀ ਸੋ ਇਹ ਯਾਦ ਰੱਖਿਓ ਕਿਉਂਕਿ ਫਸਲ ਤੋਂ ਆਪਾਂ ਕਿੰਨਾ ਮੀਟਰ ਉੱਤੇ ਰੱਖਣਾ ਹੈ 1 ਮੀਟਰ ਉੱਚਾ ਰੱਖਣਾ ਹੈ ਜੀ ਠੀਕ ਹੈ ਜੀ ਸੋ ਇਹਦਾ ਸਾਰੇ ਆਪਸ਼ਨ ਤੁਸੀਂ 4 ਮੀਟਰ ਲੇਖ ਰਹੇ ਹੋ 4 ਮੀਟਰ ਠੀਕ ਹੈ ਲੇਕਿਨ ਆਪਾਂ ਫਸਲ ਤੋਂ ਕਿੰਨਾ ਮੀਟਰ ਉੱਚਾ ਰੱਖਣਾ ਹੈ ਇਹ ਇਹ ਸੀ ਆਪਣਾ ਆਨਸਰ ਠੀਕ ਹੈ ਜੀ ਸੋ ਆਪਾਂ ਫਸਲ ਤੋਂ 1 ਮੀਟਰ ਉੱਚਾ ਰੱਖਾਂਗੇ ਠੀਕ ਹੈ ਨਾ ਕਿ 4 ਮੀਟਰ 4 ਮੀਟਰ ਤਾਂ ਬਹੁਤ ਜ਼ਿਆਦਾ ਹੋ ਜਾਏਗਾ ਠੀਕ ਹੈ ਜੀ ਸੋ ਹੁਣ ਆਪਾਂ 4th MCQ ਦੇ ਵੱਲ ਵਧਦੇ ਹਾਂ ਜੀ ਚੌਥਾ MCQ ਹੈ ਜੀ ਆਪਣਾ ਇਹਦਾ ਹਾਂਜੀ ਚੌਥਾ MCQ ਹੈ ਨੀਲਕੰਠ ਦੇ ਉੱਪਰ ਹੈ ਜੀ ਹਾਂਜੀ ਜਿਹੜੀ ਆਪਣੀ ਬਲੂ ਜੇ ਜਿਹੜਾ ਬਰਡ ਹੁੰਦਾ ਹੈ ਜਿਹੜਾ ਬਲੂ ਜੇ ਮੇਕ ਇਟਸ ਨੇਸਟਸ ਇਨ ਨੀਲਕੰਠ ਆਪਣਾ ਆਲਣਾ ਕਿੱਥੇ ਬਣਾਉਂਦਾ ਹੈ ਜ਼ਮੀਨ ਤੇ ਬੀ ਏ অপਸ਼ਨ ਗਰਾਊਂਡ ਗਰਾਊਂਡ ਤੇ ਬੀ ਆਪਸ਼ਨ ਹੈ ਤੁਹਾਡੇ ਕੋਲ ਕੈਵਿਟੀ ਆਫ ਟਰੀਜ਼ ਯਾਨੀ ਕਿ ਦਰਖਤਾਂ ਦੀ ਖੋੜਾਂ ਤੇ ਸੀ ਆਪਸ਼ਨ ਹੈ ਇਨ ਹਿਲੀਅਰ ਇਆ ਪਹਾੜੀ ਇਲਾਕੇ ਵਿੱਚ ਡੀ ਆਪਸ਼ਨ ਨਨ ਆਫ ਥਿਸ ਸੋ ਤੁਸੀਂ ਦੱਸਣਾ ਹੈ ਜੀ ਜਿਹੜਾ ਆਪਣਾ ਨੀਲਕੰਠ ਹੈਗਾ ਇਹ ਆਪ ਦਾ ਜਿਹੜਾ ਆਲਣਾ ਹੈਗਾ ਕਿੱਥੇ ਬਣਾਉਂਦਾ ਹੈ ਠੀਕ ਹੈ ਜੀ ਸੋ ਇਹਦਾ ਰਾਈਟ ਤੇ ਕਰੈਕਟ ਆਨਸਰ ਕੀ ਹੋਏਗਾ ਸਟੂਡੈਂਟਸ ਜੀ ਕਾਫੀ ਸਟੂਡੈਂਟ ਸੀ ਤੇ ਜਾ ਰਿਹਾ ਹਿਲੀ ਏਰੀਆ ਦੇ ਪਹਾੜੀ ਇਲਾਕੇ ਦੇ ਪਹਾੜੀ ਇਲਾਕੇ ਤਾਂ ਦਾ ਨਹੀਂ ਆਨਸਰ ਬਣੇਗਾ ਜੀ ਪਹਾੜੀ ਇਲਾਕਾ ਤਾਂ ਨਹੀਂ ਕਹਿ ਸਕਦੇ ਮਤਲਬ ਇਹਦਾ ਆਨਸਰ ਜਾਂ ਤਾਂ A ਹੋਏਗਾ ਜਾਂ B ਆਪਸ਼ਨ ਹੋਏਗਾ ਜੀ ਤੁਸੀਂ ਦੱਸਣਾ ਦਰਖਤਾਂ ਦੀ ਖੋੜਾਂ ਦਰਖਤਾਂ ਦੇ ਵਿੱਚ ਪਨਾਂਦਾ ਜਾਂ ਫਿਰ ਜ਼ਮੀਨ ਤੇ ਤੁਸੀਂ ਦੱਸਣਾ ਹੈ ਜੀ ਹਾਂਜੀ ਸੋ ਸਟੂਡੈਂਟਸ ਇਹਦਾ ਰਾਈਟ ਆਨਸਰ ਹੈ ਜੀ B ਆਪਸ਼ਨ ਦਰਖਤਾਂ ਦੀ ਖੋੜਾਂ ਦੇ ਵਿੱਚ ਬਣਾਉਂਦਾ ਹੈ ਜੀ ਕਿੱਥੇ ਬਣਾਉਂਦਾ ਹੈ ਜੀ ਦਰਖਤਾਂ ਦੀ ਖੋੜਾਂ ਦੇ ਵਿੱਚ ਬਣਾਉਂਦੇ ਜੜਾ ਆਪਣਾ ਨੀਲ ਘੰਟ ਹੈਗਾ ਜਾਂ ਆਪ ਦਾ ਆਲਣਾ ਦਰਖਤਾਂ ਦੇ ਵਿੱਚ ਬਣਾਉਣਾ ਠੀਕ ਹੈ ਟਰੀ ਹੋਲ ਬਿਲਕੁਲ ਸਹੀ ਲੇਖ ਰਹੇ ਹੋ ਟਰੀ ਹੋਲ ਦੇ ਵਿੱਚ ਬਣਾ ਸਕਦਾ ਹੈ ਜਾਂ ਫਿਰ ਤੁਸੀਂ ਕੈਵਿਟੀ ਆਫ ਟਰੀਜ਼ ਵੀ ਕਰ ਸਕਦੇ ਹੋ ਠੀਕ ਹੈ ਜੀ ਸੋ ਹੁਣ ਆਪਾਂ ਨੈਕਸਟ ਐਮਸੀਕਿਊ ਦੇ ਵੱਲ ਵਧਦੇ ਹਾਂ ਜੀ ਜਿਹੜਾ ਆਪਣਾ 5th ਐਮਸੀਕਿਊ ਹੈ ਜੀ ਹਾਂਜੀ ਪੰਜਵਾਂ ਐਮਸੀਕਿਊ ਹੈ ਜੀ ਆਪਣਾ ਜਿਹੜਾ ਤੇਲਾ ਹੁੰਦਾ ਤੇਲੇ ਤੇ ਹੈ ਜੀ ਐਫਿਡ ਇਜ਼ ਆ ਵਿਚ ਟਾਈਪ ਆਫ ਪੈਸਟਿਸ ਤੇਲਾ ਕਿਸ ਤਰ੍ਹਾਂ ਦਾ ਕੀੜਾ ਹੈ ਸਕਿੰਗ ਇਨਸੈਕਟ ਹੈਗਾ ਰਸ ਚੂਸਣ ਵਾਲਾ ਕੀੜਾ ਹੈਗਾ ਜੀ ਸ਼ੂਟ ਬੋਰਰ ਹੈਗਾ ਤਨਾ ਚੇਦਕ ਕੀੜਾ ਹੈਗਾ ਜੀ ਰੂਟ ਬੋਰਰ ਜੜ ਨੂੰ ਖਾਣ ਵਾਲਾ ਜੜਾਂ ਨੂੰ ਖਾਣ ਵਾਲਾ ਕੀੜਾ ਹੈ ਜੀ ਫਰੂਟ ਬੋਰਰ ਫਲਾਂ ਨੂੰ ਫਲਾਂ ਚ ਮੂਰੀਆ ਕਰਨ ਵਾਲਾ ਸੋ ਤੁਸੀਂ ਦੱਸਣਾ ਹੈ ਜੀ ਕਿ ਜਿਹੜਾ ਆਪਣਾ ਤਿਲ ਹੈਗਾ ਕਿਸ ਤਰ੍ਹਾਂ ਦਾ ਕੀੜਾ ਹੈਗਾ ਜੀ ਸੋ ਇਹ ਕਾਫੀ ਈਜ਼ੀ ਕੁਐਸਚਨ ਹੈ ਮੇਬੀ ਸਾਰਿਆਂ ਦਾ ਅਨਸਰ ਆਣਾ ਚਾਹੀਦਾ ਹੈ ਜੀ ਹਾਂ ਜੀ ਏ অপਸ਼ਨ ਸਾਰਿਆਂ ਦਾ ਆ ਰਿਹਾ ਸੋ ਦਾ ਸਟੂਡੈਂਟ ਰਾਈਟ ਤੇ ਕਰੈਕਟ ਅਨਸਰ ਹੈ ਜੀ ਏ অপਸ਼ਨ ਏ ਲਈ ਰਸ ਚੂਸਣ ਵਾਲਾ ਕੀੜਾ ਹੈ ਜੀ ਤੇਲ ਆਪਣਾ ਕਿਸ ਤਰ੍ਹਾਂ ਦਾ ਕੀੜਾ ਹੈ ਜੀ ਇੱਕ ਰਸ ਚੂਸਣ ਵਾਲਾ ਕੀੜਾ ਹੈ ਜੀ ਕਣਕ ਨੂੰ ਵੀ ਲੱਗਦਾ ਹੈ ਸਰੋਂ ਨੂੰ ਵੀ ਲੱਗਦਾ ਹੈ ਯਾਨੀ ਕਿ ਹਰ ਕ੍ਰੋਪਸ ਨੂੰ ਕਿਸੇ ਆਪਣੇ इवन ਆਪਣੇ ਕਾਟਨ ਦੇ ਨਰਮੇ ਦੇ ਯਾਨੀ ਕਿ ਹਰ ਪlant ਤੇ ਤਿੱਲੇ ਦਾ ਅਟੈਕ ਹੁੰਦਾ ਹੀ ਹੁੰਦਾ ਸੋ ਇਹ ਕਿਸ ਤਰ੍ਹਾਂ ਦਾ ਇਨਸੈਕਟ ਹੈ ਜੀ ਇੱਕ ਸਕਿੰਗ ਇਨਸੈਕਟ ਹੈਗਾ ਆਪਣਾ ਰਸ ਚੂਸਣ ਵਾਲਾ ਕੀੜਾ ਹੈ ਜੀ ਚਲੋ ਜੀ ਹੁਣ ਨੈਕਸਟ ਐਮਸੀਕਿਊ ਵੱਲ ਵਧਦੇ ਹਾਂ ਜੀ ਆਪਣਾ ਅਜ ਦਾ 7ਵਾਂ ਐਮਸੀਕਿਊ ਹੈ ਜੀ ਹਾਂਜੀ ਪ੍ਰੇਇੰਗ ਮੈਂਟਿਸ ਪ੍ਰੇਇੰਗ ਮੈਂਟਿਸ ਇਜ਼ ਅ ਪ੍ਰੇਇੰਗ ਮੈਂਟਿਸ ਕਿਹਦਾ ਨ ਕੀੜਾ ਹੈਗਾ ਇਹ ਸਾਡੇ ਲਈ ਹਾਨੀਕਾਰਕ ਹੈਗਾ ਹਾਰਮਫੁਲ ਹੈਗਾ

ਹਾਂਜੀ ਇਹਨੂੰ ਪ੍ਰੇਇੰਗ ਮੈਂਟਿਸ ਹੀ ਕਹਦੇ ਨੇ ਪੰਜਾਬੀ ਵਿੱਚ ਨਾਮ ਇਹਦਾ ਅੰਮ੍ਰਿਤਪਾਲ ਸਿੰਘ ਜੀ ਪ੍ਰੇਇੰਗ ਮੈਂਟਿਸ ਆ ਸੋ ਸਟੂਡੈਂਟਸ ਦ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਇਹ ਆਪਣਾ ਇੱਕ ਮਿੱਤਰ ਕੀੜਾ ਹੈਗਾ ਜਿਹੜਾ ਆਪਣਾ ਪ੍ਰੇਇੰਗ ਮੈਂਟਿਸ ਹੈਗਾ ਇਹ ਆਪਣੇ ਐਫਿਡ ਨੂੰ ਖਾਂਦਾ ਹੈ ਕਿਹਨੂੰ ਖਾਂਦਾ ਹੈ ਜੀ ਤੇਲੇ ਨੂੰ ਖਾਂਦਾ ਹੈ ਜੈਸਿਡ ਨੂੰ ਖਾਂਦਾ ਹੈ ਥ੍ਰਿਪਸ ਨੂੰ ਖਾਂਦਾ ਹੈ ਮਿਲੀਬਗ ਨੂੰ ਖਾਂਦਾ ਹੈ ਇਹਨੇ ਜਿੰਨੇ ਵੀ ਆਪਣੇ ਹਾਨੀਕਾਰਕ ਕੀੜੇ ਉਹਨਾਂ ਸਾਰੇ ਕੀੜਿਆਂ ਨੂੰ ਖਾਂਦਾ ਸੋ ਇਹ ਕੀੜਾ ਸਾਡੇ ਲਈ ਕੀ ਹੋਇਆ ਫਾਇਦੇਮੰਦ ਹੋਇਆ ਤੇ ਪ੍ਰੇਇੰਗ ਪੈਂਟਿਸ ਬਹੁਤ ਹੀ ਇੱਕ ਕੋਮਨਲੀ ਪਾਇਆ ਜਾਣ ਵਾਲਾ ਕੀੜਾ ਹੈ ਲੇਕਿਨ ਅੱਜਕੱਲ੍ਹ ਆਪਣੇ ਪੰਜਾਬ ਐਸਡੀ ਸਾਈਡ ਇਸਪਰੇ ਜ਼ਿਆਦਾ ਹੋਣ ਕਰਕੇ ਇਹਦੀ ਜਿਹੜੀ ਗਿਣਤੀ ਹੈ ਦਿਨ-ਬਦ ਦਿਨ ਕੀ ਹੋ ਰਹੀ ਹੈ ਘਟਤੀ ਜ਼ਾਹੀ। ਹਾਂਜੀ 8 ਐਮਐਸਕਯੂ ਵਾਲ ਵਧਦੇ ਹਾਂ ਜੀ 8th ਐਮਐਸਕਯੂ ਜੀ ਆਪਣਾ ਇਹਦਾ। ਸੋ 8th ਐਮਐਸਕਯੂ ਕੀ ਹੈ ਜੀ ਆਪਣਾ ਹੱਡਾ ਬੀਟਲ। ਹੱਡਾ ਬੀਟਲ ਇਜ਼ ਅ ਮੇਜਰ ਪੈਸਟੋ ਜਿਹੜਾ ਹੱਡਾ ਬੀਟਲ ਹੈ ਕਿਸਦਾ ਮੁੱਖ ਕੀੜਾ ਹੈਗਾ? ਕਨਕ ਦਾ ਹੈਗਾ, ਬਰੀਂਜਲ ਦਾ ਹੈਗਾ, ਬੈਂਗਣ ਦਾ ਹੈਗਾ, ਸੀ ਟਮਾਟਰ ਦਾ ਹੈਗਾ, ਡੀ ਓਕਰਾ ਜਾਂ ਫਿਰ ਤੁਸੀਂ ਤੁਸੀਂ ਇੰਡੀਅਨ ਕੀ ਕਹਿੰਦੇ ਹੋ? ਪਿੰਡੀ ਵੀ ਕਹਿੰਦੇ। ਹਾਂ ਤੁਸੀਂ ਦੱਸਣਾ ਹੈ ਜੀ ਪ੍ਰੇਇੰਗ ਮੈਂਟਿਸ ਕਿ ਦਾ ਕਿਹੜਾ ਹੈ ਜੀ ਕਨਕ ਦਾ ਹੈ ਜੀ ਟਮਾਟਰ ਦਾ ਹੈ ਜੀ ਕਿਹਦਾ ਕਿਹੜਾ ਹੈ ਜੀ ਹਾਂਜੀ ਸੋ ਸਟੂਡੈਂਟਸ ਆਰ ਦਾ ਰਾਈਟ ਆਨਸਰ ਹੈ ਜੀ ਬੀ ਆਪਸ਼ਨ ਬੈਂਗਨ ਦਾ ਬਰਿੰਜਲ ਦਾ ਇਮੇਜਰ ਇਨਸੈਕਟ ਹੈ ਜੀ ਠੀਕ ਹੈ ਜੀ ਸੋ ਯਾਦ ਰੱਖਣਾ ਇਹ ਕਿਸ ਦਾ ਹੱਟਾ ਬਿੱਡਲ ਕਿਦਾ ਇਨਸੈਕਟ ਹੈ ਜੀ ਬਰਿੰਜਲ ਦਾ ਹੈਗਾ ਜੀ ਠੀਕ ਹੈ ਜੀ ਸੋ ਨੈਕਸਟ ਕੁਐਸਚਨ ਵੱਲ ਵੱਧਦੇ ਹਾਂ ਜੀ ਆਪਣਾ 9th MCQ ਦੇ ਵੱਲ ਹਾਂਜੀ ਨੋਵਾਂ ਐਮਸੀਕਿਊ ਹੈ ਜੀ ਸਾਡਾ ਹਾਂਜੀ ਟ੍ਰਾਈਕੋਗਰਾਮਾ ਇਜ਼ ਅ ਵਿਚ ਟਾਈਪ ਆਫ ਇਨਸੈਕਟ ਜਿਹੜਾ ਟ੍ਰਾਈਕੋਗਰਾਮਾ ਕਿਸ ਤਰ੍ਹਾਂ ਦਾ ਕੀੜਾ ਹੈਗਾ ਇਹ ਸਾਡੇ ਲਈ ਹਾਨੀਕਾਰਕ ਹੈਗਾ ਸਾਡੇ ਲਈ ਬੈਨੀਫੀਸ਼ੀਅਲ ਹੈਗਾ ਮਿੱਤਰ ਕੀੜਾ ਹੈਗਾ ਸ਼ਾਂਤ ਕੀੜਾ ਹੈਗਾ ਨਿਊਟਰਲ ਕੀੜਾ ਜਾਂ ਫਿਰ ਡੀ 올 ਆਫ ਥੀਸ लो जी ज्यादा लार्ज नहीं कर दे ट्राइकोगामा हार्मफुल रख लिया हाँ जी हार्मफुल नहीं है किड़ा है ਇਫਾਇਦੇਮੰਦ ਹੈਗਾ ਸਾਰੇ ਹਾਰਮਫੁਲ ਵਾਲ ਜਾ ਰਿਹਾ ਹੈ ਟ੍ਰਾਈਕੋਗ੍ਰਾਮ ਹੈਗਾ ਇਹ ਸਾਡੇ ਮੈਜ ਸਟੈਂਪ ਬੋਰਰ ਨੂੰ ਖਾਂਦਾ ਈ ਬਣ ਮੱਕੀ ਦੇ ਵਿੱਚ ਇਸ ਨੂੰ ਯੂਜ਼ ਕਰਦੇ ਆ ਸੋ ਸਟੂਡੈਂਟਸ ਇੱਕ ਮਿੱਤਰ ਕੀੜਾ ਹੈਗਾ ਇੱਕ ਬੈਨੀਫੀਸ਼ੀਅਲ ਕੀੜਾ ਹੈ ਨਾ ਕਿ ਇੱਕ ਹਾਨੀਕਾਰਕ ਕੀੜਾ ਹੈਗਾ ਇਹ ਸਾਡੇ ਲਈ ਫਾਇਦੇਮੰਦ ਹੈਗਾ ਮਿੱਤਰ ਕੀੜਾ ਇਹ ਕੀ ਕਰਦਾ ਹੈ ਸੁੰਡੀਆਂ ਨੂੰ ਖਾਂਦਾ ਹੈ ਜਿਹੜੇ ਬੀਜ ਸੁੰਡੀਆਂ ਨੂੰ ਖਾਂਦਾ ਬਹੁਤ ਹੀ ਫਾਇਦੇਮੰਦ ਹੈਗਾ ਮੱਕੀ ਵਿੱਚ ਇਸ ਨੂੰ ਯੂਜ਼ ਕਰਦੇ ਆ ਗੰਨੇ ਵਿੱਚ ਵੀ ਇਸ ਨੂੰ ਯੂਜ਼ ਕਰਦੇ ਆ ਠੀਕ ਹੈ ਜੀ ਇਹ ਕੀ ਕਰਦਾ ਦੁਸ਼ਮਣ ਇਹ ਦੁਸ਼ਮਨਾ ਦੇ ਜਿਹੜੇ ਆਪਣੇ ਹੁੰਦੇ ਨੇ ਉਹਨਾਂ ਦੇ ਵਿੱਚ ਅੰਡੇ ਆਪਦੇ ਅੰਡੇ ਦੀ ਜਾਂਦਾ ਸੋ ਜਿਵੇਂ ਅੰਡੇ ਤੋਂ ਜ ਉਹ ਨਾਲ ਵਾਲੇ ਜਿਹੜੇ ਹਾਰਮਫੁਲ ਇਨਸੈਕਟ ਉਹਨਾਂ ਨੂੰ ਉਹਦੇ ਬੱਚਿਆਂ ਨੂੰ ਖਾ ਜਾਂਦੇ ਸੋ ਬਹੁਤ ਫਾਇਦੇਮੰਦ ਹੈਗਾ ਕੋਈ ਨੁਕਸਾਨਦਾਇਕ ਨਹੀਂ ਹੈਗਾ ਠੀਕ ਹੈ ਸੋ ਸਾਰੇ ਹਾਰਮਫੁਲ ਵਾਲ ਜਾ ਰਹੇ ਹੈ ਜੀ ਠੀਕ ਹੈ ਜੀ ਸੋ ਦਾ ਰਾਈਟ ਆਨਸਰ ਹੈ ਜੀ ਬੀ ਆਪਸ਼ਨ ਹਾਂਜੀ 10ਵਾਂ ਐਮਸੀਕਿਊ ਹੈ ਜੀ ਆਪਣਾ ਇਹਦਾ ਹਾਂਜੀ ਤੁਸੀਂ ਦੱਸਣਾ ਇਹਨਾਂ ਵਿੱਚ ਕਿਹੜਾ ਕਿਹੜਾ ਸਾਡੇ ਲਈ ਫਾਇਦੇਮੰਦ ਹੈਗਾ ਜੀ ਸੋ ਨੈਕਸਟ ਐਮਸੀਕਿਊ ਹੈ ਜੀ ਵਿਚ ਅਮੰਗ ਆਫ ਦਾ ਫੋਲੋਇੰਗ ਇਜ਼ ਅ ਬੈਨੀਫੀਸ਼ੀਅਲ ਇਨਸੈਕਟ ਇਹਨਾਂ ਵਿੱਚੋਂ ਕਿਹੜਾ ਕਿਹੜਾ ਮਿੱਤਰ ਕੀੜਾ ਹੈ ਲੇਡੀਬਾਰਡ ਬੀਟਲ ਹਨੀ ਬੀ ट्राइकोग्राम डी ऑल ऑफ दिस ਤੁਸੀਂ ਦੱਸਣਾ ਕਿਹੜਾ ਕਿਹੜਾ ਸਾਡੇ ਲਈ ਫਾਇਦੇਮੰਦ ਹੈਗਾ ਜੀ ਹਾਂਜੀ ਲਗਭਗ ਸਾਰਿਆਂ ਦਾ ਸਹੀ ਆਨਸਰ ਆ ਰਿਹਾ ਹੈ ਜੀ ਸੋ ਦਾ ਰਾਈਟ ਤੇ கரੈਕਟ ਆਨਸਰ ਹੈ ਜੀ ਡੀ অপਸ਼ਨ ਜਿਹੜਾ ਆਪਣੇ ਸਾਰੇ ਤਿੰਨੋਂ ਹੀ ਲੇਡੀ ਬਰਡ ਬੀਟਲ ਵੀ ਸਾਡਾ ਫਾਇਦੇਮੰਦ ਕੀੜਾ ਹੈਗਾ ਸ਼ਾਇਦ ਦੀ ਮੱਖੀ ਵੀ ਸਾਡੇ ਲਈ ਫਾਇਦੇਮੰਦ ਹੈਗੀ ਕਿਉਂਕਿ ਇਹਦੇ ਨਾਲ এমਪਲੋਇਮੈਂਟ ਮਿਲਦੀ ਹੈ ਟ੍ਰਾਈਕੋਗਰਾਮਾ ਵੀ ਸਾਡੇ ਲਈ ਫਾਇਦੇਮੰਦ ਹੈ ਸੋ ਦਾ ਰਾਈਟ ਤੇ ਕਰੈਕਟ ਆਨਸਰ ਕੀ ਹੈ ਜੀ ਡੀ ਆਪਸ਼ਨ ਇਹਦਾ ਰਾਈਟ ਤੇ ਕਰੈਕਟ ਆਨਸਰ ਹੈ ਜੀ ਚਲੋ ਜੀ ਹੁਣ 11ਵੇਂ MCQ ਵੱਲ ਵੱਧਦੇ ਹਾਂ ਜੀ ਆਪਣਾ ਆਇਦਾ 11th MCQ ਹੈ ਜੀ ਸਾਡਾ ਹਾਂਜੀ 11th MCQ ਹੈ ਜੀ ਵਿਚ ਅਮੰਗ ਆਫ ਦਾ ਫੋਲੋਇੰਗ ਇਜ਼ ਹਾਰਮਫੁਲ ਇਨਸੈਕਟ ਇਹਨਾਂ ਵਿੱਚੋਂ ਕਿਹੜਾ ਕਿਹੜਾ ਹਾਨੀਕਾਰਕ ਕੀੜਾ ਹੈਗਾ ਪਹਿਲੀ ਆਪਸ਼ਨ ਹੈ ਜੀ ਲੇਸਵੀਂ ਦੂਸਰੀ ਆਪਸ਼ਨ ਹੈ ਜੀ ਟ੍ਰਾਈਕੋਗਰਾਮਾ ਤੀਸਰੀ ਆਪਸ਼ਨ ਹੈ ਜੀ ਫੂਡ ਸ਼ੂਟ ਫ्लाई ਤੇ ਚੌਥੀ ਆਪਸ਼ਨ ਹੈ ਜੀ ਹਨੀਬੀ ਹਾਂਜੀ ਹਾਂਜੀ ਬਹੁਤ ਹੈ ਜੀ ਅਗਰ ਤੁਸੀਂ ਪੀਡ ਗਰੁੱਪ ਵੀ ਜੁਆਇਨ ਕੀਤਾ ਆਇਆ ਹੈ ਇਹਨਾਂ ਨਾਲ ਨਾਲ ਤੁਸੀਂ ਐਮਸੀਕਿਊ ਸੀਰੀਜ਼ ਵੀ ਲਗਾ ਰਹੇ ਹੋ ਤਾਂ ਬਹੁਤ ਹੁੰਦਾ ਹੈ ਕਿਉਂਕਿ ਦੇ ਨਾਲ ਸਾਰਾ ਸਿਲੇਬਸ ਕਵਰ ਹੋ ਜਾਏਗਾ ਸੋ ਬਿਲਕੁਲ ਸਹੀ ਹੈ ਜੀ ਤੁਸੀਂ ਦੱਸਣਾ ਜੀ ਕਿਹੜਾ ਕਿਹੜਾ ਸਾਡੇ ਲਈ ਹਾਨੀਕਾਰਕ ਹੈ ਸੋ ਇੱਕ ਸਟੂਡੈਂਟ ਨੇ ਡੀ ਆਪਸ਼ਨ ਲਿਖਿਆ ਮਮਤਾ ਰਾਣੀ ਜੀ ਨੇ ਸੋ ਜਿਹੜੀ ਸ਼ਾਇਦ ਦਿਮੱਕੀ ਹੁੰਦੀ ਹੈ ਸਾਡੇ ਲਈ ਹਾਨੀਕਾਰਕ ਨਹੀਂ ਸਾਡੇ ਲਈ ਫਾਇਦੇਮੰਦ ਹੁੰਦੀ ਹੈ ਜੀ ਪਲੇਸਵਿੰਗ ਨਾਲ ਵੀ ਜਾ ਰਹੇ ਕਾਫੀ ਸ ਸੀ অপਸ਼ਨਲ ਜਿਹੜੇ ਜਾ ਰਹੇ ਉਹਨਾਂ ਦਾ ਬਿਲਕੁਲ ਕਰੈਕਟ ਅਨਸਰ ਹੈ ਸੋ ਸਟੂਡੈਂਟਸ ਆ ਦਾ ਰਾਈਟ ਦੇ ਕਰੈਕਟ ਅਨਸਰ ਹੈ ਜੀ ਸ਼ੂਟ ਫਲਾਈ ਜਿਹੜੀ ਸ਼ੂਟ ਫਲਾਈ ਹੈ ਉਹ ਆਪਣਾ ਇੱਕ ਹਾਨੀਕਾਰਕ ਕੀੜਾ ਹੈਗਾ ਇਹ ਜਵਾਰ ਦੇ ਵਿੱਚ ਆਪਣੀ ਸਰਗਮ ਦੇ ਵਿੱਚ ਸਰਗਮ ਦਾ ਮੁੱਖ ਕੀੜਾ ਹੈਗਾ ਮੱਕੀ ਦਾ ਕੀੜਾ ਹੈਗਾ ਗੰਨੇ ਦੇ ਵਿੱਚ ਲੱਗਦਾ ਹੈ ਜਿਹੜੀ ਲੇਸ ਵਿੰਗ ਹੈਗੀ ਉਹ ਸੈਟਰਲੀ ਫਾਇਦੇਮੰਦ ਹੈਗੀ ਹੈ ਇਹ ਤੇਲੇ ਨੂੰ ਖਾਂਦੀ ਹੈ ਕਿ ਨੂੰ ਖਾਂਦੀ ਹੈ ਜੀ ਐਫਰਡ ਨੂੰ ਖਾਂਦੀ ਹੈ ਜੀ ਜੈਸਟਡ ਨੂੰ ਖਾਂਦੀ ਹੈ ਤੇਲੇ ਚੇਪ ਨੂੰ ਖਾਂਦੀ ਹੈ ਜੀ ਸੋ ਲੇਸ ਵਿੰਗ ਤਾਂ ਸੈਟਰਲੀ ਫਾਇਦੇਮੰਦ ਹੈ ਤਾਂ ਟ੍ਰਾਈਕੋਗਰਾਮਾ ਤੇ ਹਣੀ ਵੀ ਬਾਰੇ ਸੀ ਪਹਿਲਾਂ ਡਿਸਕਸ਼ਨ ਕਰ ਹੀ ਚੁੱਕੇ ਹ ਚਲੋ ਜੀ ਹੁਣ 12ਵਾਂ ਤੱਕ MCQ ਦੇ ਵੱਲ ਵੱਧੇ ਹਾਂ ਜੀ ਸੋ 12ਵੇਂ MCQ ਵਧਣ ਤੋਂ ਪਹਿਲਾਂ ਜੀ ਇੱਕ ਬਹੁਤ ਹੀ ਇੰਪੋਰਟੈਂਟ ਨੋਟੀਫਿਕੇਸ਼ਨ ਅਗਸਟ ਨੂੰ ਜਿਹੜੇ ਸਾਡੇ WhatsApp ਗਰੁੱਪ ਦੇ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤੁਸੀਂ ਆਪ ਦਾ ਨੇਮ ਟਾਈਪ ਕਰੋ ਬ੍ਰੈਕਟ ਵਿੱਚ ਐਗਜ਼ਾਮ ਜਿਸ ਐਗਜ਼ਾਮ ਵਾਸਤੇ ਤੁਸੀਂ ਪ੍ਰੀਪੇਅਰ ਹੋਣਾ ਚਾਹੁੰਦੇ ਹੋ ਜੇ ਤੁਸੀਂ ਅਗਰ ਪੀਟੈਟ ETT ਮਾਸਟਰ ਕੈਡਰ ਕਿਸੇ ਐਗਜ਼ਾਮ ਵਾਸਤੇ ਅਗਰ ਹੋਣਾ ਚਾਹੁੰਦੇ ਹੋ ਤੁਸੀਂ ਬ੍ਰੈਕਟ ਵਿੱਚ ਲਿਖ ਦਿਓ ਤੈਨਾਂ ਤਿੰਨਾਂ ਨੰਬਰਾਂ 'ਚ ਕਿਸੇ ਇੱਕ ਨੰਬਰ ਤੇ ਸਾਨੂੰ WhatsApp ਕਰ ਦਿਓ ਤਾਂ ਤੁਸੀਂ ਸਾਡੇ ਜਿਹੜੇ ਫ੍ਰੀ ਆਫ ਕੋਸ ਜਿਹੜੇ ਸਾਡੇ WhatsApp ਗਰੁੱਪ ਉਹਨਾਂ ਤੁਸੀਂ ਐਡ ਹੋ ਜਾਓਗੇ ਇਹਨਾਂ WhatsApp ਗ ਚਲੋ ਜੀ ਹੁਣ ਨੈਕਸਟ MCQ ਦੇ ਵੱਲ ਵੱਧਦੇ ਹਾਂ ਜੀ ਆਪਣਾ ਆਇਦਾ 12ਵਾਂ MCQ ਹੈ ਜੀ ਸਾਡਾ ਹਾਂਜੀ 12ਵਾਂ MCQ ਤੁਸੀਂ ਕਿੱਥੇ ਨੇ ਕਿੱਥੇ ਕਰਾਂ ਦੇ ਵਿੱਚ ਵਿੱਚ ਇਹਦਾ ਨਾਮ ਸੁਣਿਆ ਹੋਵੇਗਾ ਬਹੁਤ ਹੀ ਮਤਲਬ ਕਮਨ ਜਾਇੰਟ ਇਨਸੈਕਟ ਹੈਗਾ ਇਹ ਤੁਹਾਨੂੰ ਖੇਤ ਦੇ ਵਿੱਚ ਘੱਟ ਦੇਖਣ ਨੂੰ ਮਿਲਦਾ ਹੈ ਜ਼ਿਆਦਾਤਰ ਸਾਨੂੰ ਜਿੱਥੇ ਅਸੀਂ ਸਟੋਰ ਵਗੈਰਾ ਕਰਦੇ ਹਾਂ ਉੱਥੇ ਜ਼ਿਆਦਾ ਨਿਕਲਣ ਨੂੰ ਮਿਲਦਾ ਸੋ ਮੇਬੀ ਤੁਹਾਨੂੰ ਆਨਸਰ ਵੀ ਇਹਦਾ ਪਤਾ ਲੱਗਿਆ ਹੋਵੇਗਾ ਸੋ ਇਹ ਕੁਐਸਚਨ ਹੈ ਜੀ ਪਰਸ ਬੀਟਲ ਇਜ਼ ਵਿਚ ਟਾਈਪ ਆਫ ਇਨਸੈਕਟ ਇਹੜਾ ਆਪਣਾ ਤੋਰਾ ਹੁੰਦਾ ਹੈ ਕਿਸ ਤਰ੍ਹਾਂ ਦਾ ਕੀੜਾ ਹੈਗਾ ਇਹ ਸਾਡੇ ਲਈ ਸਕਿੰਗ ਇਨਸੈਕਟ ਹੈਗਾ ਰਸ ਸੁਸਣ ਵਾਲਾ ਕੀੜਾ ਹੈਗਾ ਸਟੋਰੇਜ ਬੈਸਟ ਹੈਗਾ ਸਟੋਰੇਜ ਕੀੜਾ ਹੈਗਾ ਫਰੂਟ ਬੋਰਰ ਹੈਗਾ ਫਲ ਛੇਦਕ ਹੈਗਾ ਜਾਂ ਫਿਰ ਤਨਾ ਛੇਦਕ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਸ਼ੂਟ ਬੋਰਰ ਜਿਹੜਾ ਆਪਣਾ ਤੋਰਾ ਹੈਗਾ ਇਹ ਕਿਸ ਤਰ੍ਹਾਂ ਦਾ ਕੀੜਾ ਹੈਗਾ ਇਹ ਸਾਡਾ ਸਟੋਰੇਜ ਬੈਸਟ ਹੈਗਾ ਜੀ ਠੀਕ ਹੈ ਜੀ ਇਹ ਮਤਲਬ ਸਟੋਰ ਸਟੋਰੇਜ ਵਿੱਚ ਇਫੈਕਟ ਕਰਦਾ ਹੈ ਜੀ ਸਕਿੰਗ ਇਨਸੈਕਟ ਹੈ ਰਸ ਸੁਸਣ ਵਾਲਾ ਹੈ ਫਲ ਛੇਦਕ ਹੈ ਜਾਂ ਫਿਰ ਸਟੈਮ ਬੋਰਰ ਹੈਗਾ ਹਾਂਜੀ ਹਰਦੀਪ ਸਿੰਘ ਜੀ ਲਿਖ ਰਿਹਾ ਸੀ ਫਰੂਟ ਬਾਰਰ ਸੋ ਸਟੂਡੈਂਟਸ ਆਰ ਆ ਰਾਈਟ ਤੇ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਇੱਕ ਸਟੋਰੇਜ ਇਨਸੈਕਟ ਹੈਗਾ ਜਦੋਂ ਅਸੀਂ ਕਿਸੇ ਵੀ ਫਸਲ ਨੂੰ ਸਟੋਰ ਵਗੈਰਾ ਕਰਦੇ ਜਦੋਂ ਆਪਾਂ ਕਣਕ ਵਗੈਰਾ ਛੋਲੇ ਵਗੈਰਾ ਜਦੋਂ ਹੀ ਆਪਾਂ ਸਟੋਰ ਵਗੈਰਾ ਕਰਦੇ ਆਂ ਦਾਲਾਂ ਨੂੰ ਸਟੋਰ ਕਰਦੇ ਆਂ ਸਖਸਾ ਤੁਹਾਨੂੰ ਤੋਰਾ ਵੇਖਣ ਵਿੱਚ ਮਿਲ ਜੇ ਸਾਡਾ ਤੋਰਾ ਬਹੁਤ ਜ਼ਿਆਦਾ ਖਰਾਬ ਕਰਦਾ ਮੂੰਗੀ ਵਿੱਚ ਵੀ ਲੱਗਦਾ ਹਰ ਦਾਲ ਵਾਲੀ ਫਸਲ ਨੂੰ ਇੰਪੈਕਟ ਕਰਦਾ ਸੋ ਇੱਕ ਮੇਜਰ ਇਨਸੈਕਟ ਹੈ ਜੀ ਸੋ ਹੋਪਫਲੀ ਤੁਹਾਨੂੰ ਸਾਰੇ ਤੁਸੀਂ ਕਿੱਥੇ ਨਾ ਕਿੱਥੇ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ ਜੀ ਸਪੈਸ਼ਲੀ ਇਸ ਫੀਲਡ ਦੇ ਵਿੱਚ ਨਹੀਂ ਸਟੋਰੇਜ ਜਗ੍ਹਾ ਦੇਖਦਾ ਮਤਲਬ ਖੇਤਾਂ ਨੂੰ ਜੇ ਕੱਟ ਦੇਖ ਨੂੰ ਮਿਲਦਾ ਹੈ ਜੀ ਇਹ ਜਿਹੜਾ ਇ शूट फ्लाई इज अ मेजर पेस्ट ऑफ सीरियस पेस्ट ऑफ शूट फ्लाई ਕਿਸ ਦਾ ਮੁੱਖ ਕੀੜਾ ਹੈ ਕਪਾਹਤੀ ਹੈਗਾ ਸਰਗਮ ਜਵਾਰ ਦਾ ਹੈਗਾ ਜੀ ਮੱਕੀ ਦਾ ਹੈਗਾ ਜਾਂ ਫਿਰ ਕनक ਦਾ ਵੀਟ ਦਾ ਜਿਹੜਾ ਸ਼ੂਟ फ्लाई ਜਿਹੜਾ ਇਨਸੈਕਟ ਹੈ ਕੀ ਦਾ ਮੇਜਰ ਕੀੜਾ ਹੈ ਜੀ ਹਾਂਜੀ ਬਿਲਕੁਲ ਸਹੀ ਦਾਸ ਰਹੇ ਹੋ ਉਸ ਦਾ ਰਾਈਟ ਤੇ கரਕਟ ਅਨਸਰ ਕੀ ਹੈ ਜਵਾਰ ਦਾ ਸਰਗਮ ਦਾ ਮੇਜਰ ਇਨਸੈਕਟ ਹੈਗਾ ਜੀ ਇਹ ਆਪਣਾ ਸ਼ੂਟ ਫ्लाई ਹੈ ਸ਼ੂਟ ਫ्लाई ਜਵਾਰ ਨੂੰ ਜਾਂਦਾ ਇਫੈਕਟ ਕਰਦੀ ਹੈ ਜੀ ਚਲੋ ਜੀ ਹੁਣ 14ਵਾਂ MCQ ਵੱਲ ਵੱਧਦੇ ਹਾਂ ਜੀ ਹਾਂਜੀ 14ਵਾਂ MCQ ਹਾਂਜੀ ਹੋਪਲੀ ਹੁਣ ਤੁਹਾਨੂੰ ਸਾਰਿਆਂ ਨੂੰ ਦਿਖ ਰਹੀ ਹੋਏਗੀ অপਸ਼ਨਸ ਮੈਂ ਥੋੜਾ ਉਹ ਹਾਂਜੀ ਚਲੋ ਜੀ 14ਵਾਂ MCQ ਹੈ ਜੀ ਵੇਅਰ ਡਸ ਲੈਪ ਵਿੰਗ ਮੇਕ ਇਟਸ ਇਨਸ ਨੇਸਟ ਜਿਹੜਾ ਆਪਣਾ ਟਟੇਰੀ ਹੈਗਾ ਉਹ ਆਪਣਾ ਆਲਣਾ ਕਿੱਥੇ ਬਣਾਉਂਦਾ ਹੈ ਜ਼ਮੀਨ ਤੇ ਬਣਾਉਂਦਾ ਹੈ ਰੁੱਖਾਂ ਦੀ ਖੋੜਾਂ ਦੇ ਵਿੱਚ ਬਣਾਉਂਦਾ ਹੈ ਯਾਨੀ ਕਿ ਕੈਵਿਟੀ ਆਫ ਟ੍ਰੀਸ ਤੇ ਬਣਾਉਂਦਾ ਹੈ ਓਪਨ ਪਲੇਸ ਦੀ ਖੁੱਲੀਆਂ ਥਾਵਾਂ ਤੇ ਬਣਾਉਂਦਾ ਹੈ ਫਿਰ ਡੀ ਨਨ ਆਫ ਥੀਸ ਤੁਸੀਂ ਦੱਸਣਾ ਹੈ ਜੀ ਆਪਣੇ ਟਟੇਰੀ ਜਿਹੜਾ ਆਪਣਾ ਅ ਪੰਛੀ ਹੈਗਾ ਜਿਹੜਾ ਆਪਣਾ ਬਰਡ ਹੈਗਾ ਲੈਪਵਿੰਗ ਇਹ ਆਪਦਾ ਆਲਣਾ ਕਿੱਥੇ ਬਣਾਉਂਦਾ ਹੈ ਸੋ ਦਾ ਰਾਈਟ ਆਨਸਰ ਹੈ ਜੀ ਇਹ ਆਪਸ਼ਨ ਗਰਾਉਂਡ ਤੇ ਬਣਾਉਂਦਾ ਹੈ ਜੀ ਜ਼ਮੀਨ ਤੇ ਆਪ ਦਾ ਬਣਾਉਂਦਾ ਹੈ ਜੀ ਸੋ ਦਾ ਰਾਈਟ ਆਨਸਰ ਕੀ ਹੈ ਜੀ ਇਹ ਆਪਸ਼ਨ ਹਾਂ ਜੀ ਸੰਦੀਪ ਸਿੰਘ ਸਾਸਤਰੀ ਗਾਲ ਹਾਂ ਜੀ ਸਾਸਤਰੀ ਗਾਲ ਜੀ ਸਾਰਿਆਂ ਨੂੰ ਧਿਆਨ ਬੜੀ ਸਾਸਤਰੀ ਗਾਲ ਜੀ ਚਲੋ ਜੀ ਹੁਣ 15ਵੇਂ MCQ ਵੱਲ ਵੱਧਦੇ ਹਾਂ ਜੀ 15th MCQ ਹੈ ਜੀ ਆਪਣਾ ਆਇਦਾ ਜੀ ਹਾਂ ਜੀ 15ਵਾਂ MCQ ਹੈ ਜੀ ਆਪਣਾ ਇਨ ਵਿਚ ਏਰੀਆ ਇੰਡੀਅਨ ਬੁਸ਼ ਰੈਟ ਫਾਊਂਡ ਝਾੜੀਆਂ ਵਾਲਾ ਚੂਹਾ ਕਿਹੜੇ ਇਲਾਕੇ ਵਿੱਚ ਮਿਲਦਾ ਹੈ ਚਿਕਨੀ ਮਿੱਟੀ ਦੇ ਵਿੱਚ ਮਿਲਦਾ ਹੈ, ਕਲੇਸੋਇਲ ਦੇ ਵਿੱਚ ਮਿਲਦਾ ਹੈ, ਮਾਊਂਟੇਨ ਵਿੱਚ ਮਿਲਦਾ ਹੈ, ਪਹਾੜੀ ਇਲਾਕੇ ਉਹਦੇ ਵਿੱਚ ਮਿਲਦਾ ਹੈ, ਸੈਂਡੀ ਜਾਂ ਫਿਰ ਐਰਿਡ ਜ਼ੋਨ, ਰੇਤਲੇ ਜਾਂ ਖੁਸ਼ਕ ਇਲਾਕੇ ਉਹਦੇ ਜਿਵੇਂ ਆਫ ਥੀ ਜਨ ਕਿ ਜਿਹੜਾ ਆਪਣਾ ਪਹਾੜੀ ਚੂਹਾ ਜਾਂ ਪਹਾੜੀ ਚੁਆਰੀ ਸੋਰੀ ਝਾੜੀਆਂ ਵਾਲਾ ਚੂਹਾ ਝਾੜੀਆਂ ਵਾਲਾ ਚੂਹਾ ਕਿਹੜੇ ਇਲਾਕੇ ਵਿੱਚ ਕੋਮਨਲੀ ਦੇਖਣ ਨੂੰ ਮਿਲਦਾ ਹੈ? ਇਹ ਚਿਕਨੀ ਮਿੱਟੀ 'ਚ ਹੁੰਦਾ ਹੈ, ਪਹਾੜੀ ਇਲਾਕੇ 'ਚ ਹੁੰਦਾ ਹੈ, ਰੇਤਲੇ ਇਲਾਕੇ ਵਿੱਚ ਜਾਂ ਵੀ ਥੀ ਆਲ ਆਫ ਥੀ ਹਾਂਜੀ ਸਤਿਗੁਰੂ ਜੀ ਲਿਖ ਰਿਹਾ ਜਵਾਰ ਅੱਜ ਉਹ ਆਪਸ਼ਨ ਆਪਨੇ ਜਾ ਚੁੱਕਿਆ ਜੀ ਸੋ ਸਟੂਡੈਂਟ ਜਿਹੜੇ ਜਿਹੜੇ ਇਸ ਲਾਈਵ ਸੈਸ਼ਨ ਨੂੰ ਦੇਖ ਰਿਹਾ ਜੀ ਇਸ ਇੱਕ ਵਾਰੀ ਇਸ ਚੈਨਲ ਨੂੰ ਸਬਸਕ੍ਰਾਈਬ ਮਤਲਬ ਸਬਸਕ੍ਰਾਈਬ ਵੀ ਕਰਦੇ ਹੋ ਤੇ ਨਾਲ ਨਾਲ ਲਾਈਕ ਵੀ ਕਰਦੇ ਹੋ ਹਾਂਜੀ ਹਾਂਜੀ ਇਸ ਵੀ ਨਾਲ ਜਿਹੜੇ ਜਿਹੜੇ ਦੇਖ ਰਿਹਾ ਐ ਇਸ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤਾਂ ਕਿ ਸਾਨੂੰ ਵੀ ਥੋੜੀ ਐਪਰੀਸ਼ੀਏਸ਼ਨ ਮਿਲੇ ਹਾਂਜੀ ਸੋ ਇਹਦਾ ਰਾਈਟ ਆਨਸਰ ਕੀ ਹੈ ਜੀ ਸੀ ਆਪਸ਼ਨ ਏ ਆਪਣੇ ਇਹੜਾ ጫੜੀਆਂ ਵਾਲਾ ਚੂਹਾ ਕਿਹੜੇ ਇਲਾਕੇ ਵਿੱਚ ਮਿਲਦਾ ਹੈ ਜੀ ਰੇਤਲੇ ਇਲਾਕੇ ਵਿੱਚ ਮਿਲਦਾ ਹੈ ਜੀ ਸੈਂਡੀ ਜਾਂ ਫਿਰ ਐਰਿਡ ਜ਼ੋਨ ਦੇ ਵਿੱਚ ਮਿਲਦਾ ਸੋ ਦਾ ਰਾਈਟ ਤੇ கரੈਕਟ ਆਨਸਰ ਕੀ ਹੈ ਜੀ ਸੀ অপਸ਼ਨ ਬਿਲਕੁਲ ਸਹੀ ਜਿਹੜੇ ਸੀ অপਸ਼ਨ ਦੇ ਰਹੇ ਬਿਲਕੁਲ ਸਹੀ ਹੈ ਜੀ ਚਲੋ ਜੀ ਹੁਣ ਨੈਕਸਟ ਐਮਸੀਕਿਊ ਦੇ ਵੱਲ ਵੱਧਦੇ ਹਾਂ ਜੀ ਹਾਂਜੀ ਅੱਜ ਦਾ ਆਪਣਾ 16ਵਾਂ ਐਮਸੀਕਿਊ ਹੈ ਜੀ ਹਾਂਜੀ ਹਾਂਜੀ ਐਟ ਹਾਊ ਮੈਨੀ ਪਲੇਸਿਸ ਇਥੇ ਹਾਊ ਹੈ ਜੀ ਐਟ ਹਾਊ ਮੈਨੀ ਲੋਕੇਸ਼ਨ ਪੋਇਜ਼ਨ ਬੀਡਸ ਸ਼ੁੱਡ ਬੀ ਪਲੇਸਡ ਇਨ 1 ਐਕਰ ਜ਼ਹਿਰੀਲਾ ਚੋਗਾ ਪ੍ਰਤੀ ਏਕੜ ਕਿੰਨੀਆਂ ਥਾਵਾਂ ਤੇ ਰੱਖਣਾ ਰੱਖਣਾ ਚਾਹੀਦਾ ਹੈ ਜਿਹੜਾ ਆਪਣਾ ਜ਼ਹਿਰੀਲਾ ਚੋਗਾ ਰੱਖਦੇ ਆ ਸੋ ਸਟੂਡੈਂਟ ਦੱਸ ਲਈ ਜਿਹੜਾ ਜ਼ਹਿਰੀਲਾ ਚੋਗਾ ਹੁੰਦਾ ਜਿਸ ਸੀ ਚੂਹਿਆਂ ਵਾਸਤੇ ਰੱਖਦੇ ਕਿਹਦੇ ਵਾਸਤੇ ਰੱਖਦੇ ਆ ਜੀ ਚੂਹੇ ਵਾਸਤੇ ਰੱਖਦੇ ਆ ਰੈਟਸ ਵਾਸਤੇ ਰੱਖਦੇ ਆ ਜੀ ਇਹ ਜਿਹੜਾ ਜ਼ਹਿਰੀਲਾ ਚੋਗੇ ਦੀ ਜਿਹੜੀ ਡੋਸ ਹੁੰਦੀ ਆਪਾਂ 10 ਗ੍ਰਾਮ ਰੱਖਦੇ ਆ ਜੀ ਹਰ ਇੱਕ ਮਤਲਬ ਥਾਵਾਂ ਤੇ 10-10 ਗ੍ਰਾਮ ਪਾਣੇ ਤੁਸੀਂ ਇਹ ਦੱਸਣਾ ਕਿੰਨੀਆਂ ਥਾਵਾਂ ਤੇ ਪਾਣੇ ਯਾਨੀ ਕਿ ਆਪਾਂ ਕਿੰਨੀ ਲੋਕੇਸ਼ਨ ਤੇ ਹੁੰਦੀ ਹੈ ਸੋ ਤੁਹਾਡੇ ਕੋਲੇ ਚਾਰ ਆਪਸ਼ਨ ਹੈ ਜੀ ਇੱਕ ਆਪਸ਼ਨ ਹੈ 30 ਬੀ ਆਪਸ਼ਨ ਹੈ ਜੀ 40 ਸੀ ਆਪਸ਼ਨ ਹੈ 35 ਡੀ ਆਪਸ਼ਨ ਹੈ ਜੀ ਤੁਹਾਡੇ ਕੋਲੇ 50 ਕਾਫੀਆਂ ਬਿਲਕੁਲ ਸਹੀ ਅਨਸਰ ਆ ਰਹੇ ਸੋ ਜਿਹੜੇ ਸਟੂਡੈਂਟ ਚਾਲੀ ਅਨਸਰ ਦੇ ਰਹਾ ਉਹਨਾਂ ਦਾ ਬਿਲਕੁਲ ਸਹੀ ਹੈ ਸੋ ਦਾ ਰਾਈਟ ਤੇ ਕਰੈਕਟ ਅਨਸਰ ਹੈ ਜੀ ਬੀ ਆਪਸ਼ਨ ਲਗਭਗ ਅਸੀਂ 40 ਥਾਵਾਂ ਤੇ ਅਲੱਗ-ਅਲੱਗ ਜਿਹੜੇ ਆਪਣੇ ਲੋਕੇਸ਼ਨਸ ਹੁੰਦੀ 40-40 ਥਾਵਾਂ ਤੇ ਆਪਾਂ ਕਿੰਨੀ-ਕਿੰਨੀ ਡੋਸ ਪਾਣੇ ਨੇ ਕਿ ਹਰ ਲੋਕੇਸ਼ਨ ਤੇ ਹਰ ਇੱਕ ਪਾਰਟਿਕੂਲਰ ਲੋਕੇਸ਼ਨ ਤੇ ਅਸੀਂ ਕਿੰਨੀ ਡੋਸ ਪਾਣੇ ਆ ਜੀ 10 ਗ੍ਰਾਮ ਪਾਣੇ ਆ ਜੀ ਸੋ 10 ਗ੍ਰਾਮ ਅਸੀਂ ਹਰ ਇੱਕ ਥਾਂ ਤੇ ਪਾਣੇ ਸੋ 10 ਨੂੰ ਅਗਰ ਤੁਸੀਂ 40 ਨਾਲ ਕਰੋਗੇ ਮਲਟੀਪਲਾਈ ਤਾਂ ਲਗਭਗ ਅਸੀਂ ਇੱਕ ਏਕੜ 'ਚ ਲਗਭਗ 400 ਗ੍ਰ ਠੀਕ ਹੈ ਜੀ ਸੋ ਹੁਣ ਆਪਾਂ ਨੈਕਸਟ MCQ ਦੇ ਵੱਲ ਵੱਧਦੇ ਹਾਂ ਜੀ ਹਾਂ ਜਿਹੜਾ ਤੁਸੀਂ ਕੈਮੀਕਲ ਪੁੱਛ ਰਹੇ ਹੋ ਉਹ ਕੈਮੀਕਲ ਤੇ ਇੱਕ ਕੁਐਸਚਨ ਅਗਲਾ MCQ ਦਾ ਆਏਗਾ ਸੋ ਤੁਸੀਂ ਉਸ MCQ ਦਾ ਜਵਾਬ ਦੇਣਾ ਜੀ ਸੋ ਉਸ MCQ ਨਾਲ ਤੁਹਾਨੂੰ ਇਹ ਹੋਏਗਾ ਕਿ ਤੁਹਾਨੂੰ ਉਹਦਾ ਆਨਸਰ ਹੀ ਮਿਲ ਜੀਗਾ ਨਾਲ ਥੋੜੀ ਬਹੁਤ ਨੋਲਿਜ ਵੀ ਮਿਲ ਜੀਗੀ ਠੀਕ ਹੈ ਜੀ ਸੋ ਨੈਕਸਟ ਕੁਐਸਚਨ ਕਰਦੇ ਹਾਂ ਜੀ ਸਾਡਾ ਹਾਂ ਜੀ ਰੋਡੈਂਟ ਈਟਿੰਗ ਬੈਨੀਫੀਸ਼ੀਅਲ ਬਰਡ ਇਸ ਚੂਹਿਆਂ ਨੂੰ ਖਾਣ ਵਾਲਾ ਮਿੱਤਰ ਪੰਛੀ ਕਿਹੜਾ ਹੈ ਉੱਲੂ ਖਾਂਦਾ ਹੈ ਆਉਲ ਬਲੂ ਜੇ ਖਾਂਦਾ ਨੀਲਕੰਢ ਖਾਂਦਾ ਹੈ ਟਟੇਰੀ ਖਾਂਦੀ ਹੈ ਲੇਪਵਿੰਗ ਖਾਂਦੀ ਹੈ ਫਿਰ ਡੀ ਆਪਸ਼ਨ ਚੱਕੀ ਚੱਕੀ ਰਹਾ ਸੋ ਤੁਸੀ ਦੱਸਣਾ ਹੈ ਜੀ ਚੂਹਿਆਂ ਨੂੰ ਕੌਣ ਖਾਂਦਾ ਹੈ ਜੀ ਨੀਲਕੰਟ ਖਾਂਦਾ ਹੈ ਟਟੇਰੀ ਖਾਂਦਾ ਹੈ ਉੱਲੂ ਖਾਂਦਾ ਹੈ ਜਾਂ ਫਿਰ ਚੱਕੀ ਰਹਾ ਹਾਂਜੀ ਕਾਫੀ ਨੇ ਸਟੂਡੈਂਟਸ ਆਂ ਜੀ ਵਿਭਾ ਗੋਇਲ ਇਹ ਰੇਖ ਰਿਹਾ ਜੀ ਨੀਬੀ ਸਿੰਘ ਬੀ ਲਿਖ ਰਿਹਾ ਜੀ ਕਿਰਨ ਜੋਤ ਸਿੰਘ ਜੀ ਹਾਂਜੀ ਹਾਂਜੀ ਭਪਿੰਦਰ ਸਿੰਘ ਬਿਲਕੁਲ ਸਹੀ ਲਿਖ ਰਹੇ ਤੁਸੀਂ ਇਮੇਜ ਵੀ ਬਣਾਤੀ ਹੋ ਰਹੀ ਵਧੀਆ ਕੀਤਾ ਜੀ ਸੋ ਦਾ ਰਾਈਟ ਆਨਸਰ ਹੈ ਜੀ ਏ ਆਪਸ਼ਨ ਉੱਲੂ ਉੱਲੂ ਜਾਤਰ ਖਾਂਦੇ ਹੈ ਜੀ ਰੋਡੈਂਟਸ ਨੂੰ ਠੀਕ ਹੈ ਜੀ ਸੋ ਚੂਹਿਆਂ ਨੂੰ ਕੌਣ ਖਾਂਦੇ ਜੀ ਉੱਡ ਉੱਲੂ ਖਾਂਦੇ ਹਾਂ ਜੀ ਹੋ ਇੱਕ ਹਰਦੀਪ ਸਿੰਘ ਜੀ ਲਿਖ ਲਿਆ ਹੋਪੀ ਹਾਂ ਜੀ ਹੋਪੀ ਗਲਤ ਐ ਜੀ ਉਹਦਾ ਰਾਈਟ ਤੇ ਕਰੈਕਟ ਆਨਸਰ ਏ অপਸ਼ਨ ਹੈ ਜੀ ਠੀਕ ਹੈ ਜੀ ਆਪਣਾ ਜਿਹੜੇ ਵੀ ਸਟੂਡੈਂਟਸ ਲਿਖ ਰਹੇ ਬੀ ਮੇਬੀ ਨਹੀਂ ਹੈਗਾ ਜੀ ਸੋ ਮੇਬੀ ਤੁਹਾਡਾ ਗਲਤ ਹੋ ਗਿਆ ਸੋ ਜਿਹੜਾ ਤੁਸੀਂ ਧੁੱਕਾ ਲਗਾ ਰਹੇ ਹੋ ਇਹਦਾ ਰਾਈਟ ਆਨਸਰ ਹੈ ਜੀ ਏ অপਸ਼ਨ ਠੀਕ ਹੈ ਜੀ ਚਲੋ ਜੀ ਹੁਣ ਨੈਕਸਟ অপਸ਼ਨ ਹੋਪੀ ਆਪਾਂ ਚੱਕ ਚੱਕ ਹੀ ਰਹਾ ਨੂੰ ਕਹਿ ਦਿੰਨੇ ਠੀਕ ਹੈ ਚੱਕ ਹੀ ਰਹਾ ਇੱਕ ਆਪਣਾ ਬਰਡ ਹੈਗਾ ਉਹਨੂੰ ਆਪਾਂ ਕਹਿ ਦਿੰਨੇ ਆ ਪੰਜਾਬੀ ਦੇ ਅਸਲ ਚੱਕੀ ਰਹਾ ਦਾ ਨੇਮ ਹੈਗਾ ਸੋ ਮੈਂ ਥੋੜਾ ਹਾਂਜੀ ਚੱਕੀ ਰਾਹਾ ਇਸ ਨੂੰ ਕਹਿ ਦਿੰਨੇ ਆ ਮੈਂ ਤੁਹਾਨੂੰ ਤਕਲੀਅਰ ਲਿਖ ਦੇਣਾ ਸੋਕਰ ਤੁਹਾਨੂੰ ਨਹੀਂ ਦਿਖ ਰਿਹਾ ਹੋਏਗਾ ਚੱਕੀ ਰਾਹਾ ਇਸ ਨੂੰ ਕੋਮਨ ਪਾਸ਼ਾ ਚ ਅਸੀਂ ਕਹਿ ਦਿੰਨੇ ਆ ਜੀ ਚੱਕੀ ਰਾਹਾ ਚਲੋ ਜੀ ਹੁਣ 18ਵਾਂ MCQ ਦੇ ਵੱਲ ਵੱਧਦੇ ਹਾਂ ਜੀ ਅੱਜ ਦੇ ਆਪਣੇ ਹਾਂਜੀ 18ਵਾਂ MCQ ਹੈ ਜੀ ਆਪਣਾ ਅਜਦਾ ਜੀ ਕੈਮੀਕਲ ਯੂਜ਼ ਟੂ ਕਿਲ ਰੋਡੈਂਟ ਇਟਸ ਚੂਹੇ ਮਾਰਨ ਵਾਲਾ ਰਸਾਇਣ ਕਿਹੜਾ ਹੈ ਜੀ ਚੂਹੇ ਮਾਰਨ ਵਾਸਤੇ ਅਸੀਂ ਕਿਹੜੇ ਰਸਾਇਲ ਦੀ ਆਪਾਂ ਕੈਮੀਕਲ ਯੂਜ਼ ਕਰਦੇ ਅਸੀਂ ਕੈਲਸ਼ੀਅਮ ਕ੍ਰੋਕ ਕਾਰਬਾਈਡ ਯੂਜ਼ ਕਰਦੇ ਆ ਮਿਥਾਈਲ ਬਰਮਾਈਡ ਯੂਜ਼ ਕਰਦੇ ਆ ਜ਼ਿੰਕ ਫਾਸਫਾਈਡ ਯੂਜ਼ ਕਰਦੇ ਆ ਜਾਂ ਫਿਰ ਡੀ ਇਥਾਈਲ ਬਰਮਾਈਡ ਯੂਜ਼ ਕਰਦੇ ਆ ਸੋ ਸਟੂਡੈਂਟ ਜਿਹੜਾ ਆਪਾਂ ਕੈਮੀਕਲ ਯੂਜ਼ ਕਰਦੇ ਆ ਉਸ ਨੂੰ ਦੇਸੀ ਪਾਸਾ ਕੀ ਕਹਦਿਆਂ ਕਾਲੀ ਦਵਾਈ ਵੀ ਕਹਿਦਿਆਂ ਸੋ ਦੇਸੀ ਪਾਸਾ ਕੀ ਕਹਦਿਆਂ ਕੋਮਨ ਲੈਂਗੁਏਜ ਦਾ ਨਾਮ ਹੈਗਾ ਜੀ ਦੇਸੀ ਦਵਾਈ ਕਾਲੀ ਦਵਾਈ ਸੋਰੀ ਦੇਸੀ ਦਵਾਈ ਨਹੀਂ ਸਟੂਡੈਂਟਸ ਕਾਲੀ ਦਵਾਈ ਦੇ ਨਾਮ ਨਾਲ ਜਾਣਿਆ ਜਾਂਦੀ ਹੈ ਉਹ ਕੈਮੀਕਲ ਆਪਣਾ ਹਾਂਜੀ ਕਾਫੀ ਸਟੂਡੈਂਟਸ ਰਾਈਟ ਆਨਸਰ ਬਿਲਕੁਲ ਸਹੀ ਦੱਸ ਰਹੇ ਹੋ ਭੁਪਿੰਦਰ ਸਿੰਘ ਕੋਸ਼ੀ ਬਿਲਕੁਲ ਤੁਹਾਡਾ ਰੋਂਗ ਆਨਸਰ ਹੈ ਜੀ ਸੰਦੀਪ ਸਿੰਘ ਜੀ ਹਾਂਜੀ ਪੁਰਸ਼ੋਤਮ ਸਿੱਧੂ ਬਿਲਕੁਲ ਸਹੀ ਦੱਸ ਰਹੇ ਹੋ ਜੀ ਜ਼ਿੰਕ ਫਾਸਫਾਈਟ ਸੋ ਦਾ ਰਾਈਟ ਤੇ ਕਰੈਕਟ ਆਨਸਰ ਹੈ ਜੀ ਸੀ ਜ਼ਿੰਕ ਫਾਸਫਾਈਟ ਜ਼ਿੰਕ ਫਾਸਫਾਈਟ ਜਿਸ ਨੂੰ ਆਪਾਂ ਕਾਮਨ ਲੈਂਗੁਏਜ ਵਿੱਚ ਕਾਲੀ ਦਵਾਈ ਵੀ ਕਹਿੰਦੇ ਨੇ ਕਾਲੀ ਦਵਾਈ ਉਹ ਆਪਣੀ ਕੈਮੀਕਲ ਹੈਗਾ ਸੋ ਸਟੂਡੈਂਟ ਨੇ ਪੁੱਛਿਆ ਵੀ ਸੀ ਕਿ ਕਿਹੜਾ ਕੈਮੀਕਲ ਯੂਜ਼ ਕਰਦੇ ਆ ਸੋ ਇਹ ਕੈਮੀਕਲ ਯੂਜ਼ ਕਰਨੇ ਕਾਲੀ ਦਵਾਈ ਯੂਜ਼ ਕਰਦੇ ਆ ਕਾਲੀ ਦਵਾਈ ਨੂੰ ਸੀ 10-10 ਗ੍ਰਾਮ ਦੀ ਡੋਸ ਰੱਖਦੇ ਆਂ ਜੀ ਇਹ 10 ਗ੍ਰਾਮ ਕਾਲੀ ਕਾਲੀ ਦਵਾਈ ਦੀ ਡੋਸ ਨਹੀਂ ਹੁੰਦੀ ਇਹਦੇ ਵਿੱਚ ਆਪਣਾ ਕੁਝ ਸਿਰਫ 2% ਆਪਣੀ ਕਾਲੀ ਦਵਾਈ ਹੁੰਦੀ ਹੈ 8% ਆਪਣਾ ਪੋਜਨ ਹੁੰਦਾ ਹੈ ਯਾਨੀ ਕਿ 8% ਆਪਣਾ ਜਿਵੇਂ ਜਵਾਰ ਹੋ ਗਿਆ ਬਾਕੀ ਚੀਜ਼ਾਂ ਹੁੰਦੀਆਂ ਆਪਾਂ ਆਪਣੇ ਖਾਣੇ ਦੇ ਵਿੱਚ ਜਿਹੜਾ ਆਪਣਾ ਜ਼ਹਿਰੀਲਾ ਚੋਗਾ ਹੁੰਦਾ ਉਸ ਚੋਗੇ ਵੀ ਥੋੜੀ 2 ਕੁ ਗ੍ਰਾਮ ਜਾਂ 1 ਕੁ 2 ਗ੍ਰਾਮ ਕੀ ਬਾਅਦ ਜਿੰਕ ਫਾਸਫਾਈਟ ਪਾ ਦਣੀ ਆ ਜੀ ਠੀਕ ਹੈ ਜੀ ਸੋ 10 ਗ੍ਰਾਮ ਆਪਾਂ ਜਿੰਕ ਨਹੀਂ ਯੂਜ਼ ਕਰਦੇ ਸਿਰਫ 1 ਜਾਂ 2 ਗ੍ਰਾਮ ਹੀ ਆਪਾਂ ਯੂਜ਼ ਕਰਦੇ ਆ ਠੀਕ ਹੈ ਜੀ ਸੋ ਇਹ ਕਾਫੀ ਇੰਪੋਰਟੈਂਟ ਐਮਸੀਕਿ ठीक है जी चलो जी हम उन्नीवे एमसीक्यू जी अपना नाइन एमसीक्यू जीता जी हाँ जी नाइनटीन एम सूक्यू है जी पिंक स्टैम बोरर इज सीरियस पेस्ट ऑफ गुलाबी सूंडी किसान मुख्य कीड़ा है बाजरे का है जी कॉटन कपास का दा है जी जूट का है जी या फिर टी चाय सोना जी, जी अपना ਗੁਲਾਬੀ ਸੁੰਡੀ ਹੈਗੀ ਇਹ ਕਿਸ ਦਾ ਮੁੱਖ ਕੀੜਾ ਗੁਲਾਬੀ ਸੁੰਡੀ ਸਭ ਤੋਂ ਜ਼ਿਆਦਾ ਕਿਹੜੀ ਫਸਲ ਨੂੰ ਸਭ ਤੋਂ ਜ਼ਿਆਦਾ ਮੇਜਰ ਇੰਪੈਕਟ ਕਰਦੀ ਹੈ ਜੀ ਸਾਰਿਆਂ ਦਾ ਬਿਲਕੁਲ ਸਹੀ 답 ਸ੍ਰੀ ਰੇਖਾ ਰਾਣੀ ਜੀ ਨਵਦੀਪ ਸਿੰਘ ਬਿਲਕੁਲ ਸਹੀ ਅਨਸਰ ਹੈ ਜੀ ਸੋ ਦਾ ਰਾਈਟ ਤੇ ਕਰੈਕਟ ਅਨਸਰ ਹੈ ਜੀ ਬੀ অপਸ਼ਨ ਕੋਟਨ ਦਾ ਇਹ ਮੁੱਖ ਪੈਸਟ ਹੈ ਜੀ ਜਿਹੜੀ ਆਪਣੀ ਗੁਲਾਬੀ ਸੁੰਡੀ ਹੁੰਦੀ ਹੈ ਗੁਲਾਬੀ ਸੁੰਢੀ ਹੋਗੀ ਅਮਰੀਕਨ ਸੁੰਢੀ ਹੋਗੀ ਚਿੱਤਕਬਰੀ ਸੁੰਢੀ ਹੋੜੀ ਇਹ ਤਿੰਨੋਂ ਜਿਹੜੀ ਸੁੰਡੀਆਂ ਨੇ ਇਹ ਕਿਹਨੂੰ ਖਾਂਦੀਆਂ ਨੇ ਕਪਾਾਸ ਨੂੰ ਖਾਂਦੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਯਾਦ ਰ ਬੀਟੀ ਕਾਟਨ ਨੂੰ ਵੀ ਖਾਂਦੀ ਹੈ ਲੇਕਿਨ ਬੀਟੀ ਕਾਟਨ ਨੂੰ ਥੋੜਾ ਜਿਹਾ ਰਿਸਿਸਟੈਂਸ ਆਂਦਾ ਹੈ ਜੀ ਚਲੋ ਜੀ ਹੁਣ 10ਵੇਂ 20ਵੇਂ ਐਮਐਸਕਿਊ ਵਾਲ ਬੱਧੇ ਹਾਂ ਜੀ ਆਪਣਾ ਅੱਜ ਦਾ ਵੀਵਾ ਐਮਐਸਕਿਊ ਹੈ ਜੀ ਹਾਂਜੀ ਵੀਵਾ ਐਮਐਸਕਿਊ ਹੈ ਜੀ ਟਰਮਾਈਟਸ ਅਟੈਕਸ ਓਨ ਜਿਹੜੀ ਆਪਣੇ ਸਿਉਂਕ ਹੁੰਦੀ ਹੈ ਦੀਮਕ ਹੁੰਦੀ ਹੈ ਉਹ ਹਮਲਾ ਕਰਦੀ ਹੈ ਜੜਾਂ ਤੇ ਕਰਦੀ ਹੈ ਤਣੇ ਤੇ ਕਰਦੀ ਹੈ ਪੱਤਿਆਂ ਤੁਹਾਨੂੰ ਸੀ ਦੱਸਣਾ ਜੀ ਜਿਹੜੀ ਆਪਣੀ ਸਿਉਂਖ ਹੈਗੀ ਆ ਉਹ ਮੁੱਖ ਤੌਰ ਤੇ ਕਿਤੇ ਹਮਲਾ ਕਰਦੀ ਹੈ ਜੜਾਂ ਤੇ ਹਮਲਾ ਕਰਦੀ ਹੈ ਤਣੇ ਤੇ ਹਮਲਾ ਕਰਦੀ ਹੈ ਪੱਤਿਆਂ ਤੇ ਕਰਦੀ ਜਾਂ ਫਿਰ ਫਲਾਂ ਤੇ ਕਰਦੀ ਹੈ ਜੀ ਅੱਜ ਜੀ ਬਿਲਕੁਲ ਸਾਰਾ ਸਹੀ ਅਨਸਰ ਆ ਰਿਹਾ ਜੀ ਜਿਹੜੀ ਆਪਣੀ ਸਿਉਂਖ ਹੈ ਜੜਾਂ ਤੇ ਹਮਲਾ ਕਰਦੀ ਹੈ ਰੂਟਸ ਤੇ ਇੰਪੈਕਟ ਕਰਦੀ ਹੈ ਸੋ ਜਾਤਰਾ ਆਪਣੀ ਕਣਕ ਨੂੰ ਬਹੁਤ ਜ਼ਿਆਦਾ ਖਰਾਬ ਕਰਦੀ ਕਣਕ ਨੂੰ ਖਰਾਬ ਕਰਦੀ ਹੈ 슈ਗਰ ਕੇਨ ਨੂੰ ਖਰਾਬ ਕਰਦੀ ਹੈ ਗੰਨੇ ਨੂੰ ਬਹੁਤ ਜ਼ਿਆਦਾ ਖਰਾਬ ਕਰਦੀ ਹੈ ਸੋ ਇਹਨਾਂ ਫਸਲਾਂ ਨੂੰ ਤਾਂ ਬਹੁਤ ਜ਼ਿਆਦਾ ਖਰਾਬ ਕਰਦੀ ਹੈ ਠੀਕ ਹੈ ਜੀ ਸੋ ਦਾ ਰਾਈਟ ਤੇ ਕਰੈਕਟ ਅਨਸਰ ਕੀ ਹੈ ਜੀ ਏ ਆਪਸ਼ਨ ਚਲੋ ਜੀ ਹੁਣ 21ਵੇਂ MCQ ਦੀ ਵੱਲ ਵੱਧੇ ਹਾਂ ਜੀ ਆਪਣਾ 21ਵਾਂ MCQ ਹੈ ਜੀ ਅੱਜ ਦਾ ਵਾਈਟ ਗਰਬ ਅਟੈਕ ਔਨ ਦਾ ਜਿਹੜਾ ਆਪਣਾ ਚਿੱਟਾ ਗਰਬ ਹੁੰਦਾ ਇਹ ਹਮਲਾ ਕਰਦਾ ਹੈ ਸੋ ਮੈਂ ਦੱਸਦਾ ਜਿਹੜਾ ਇਹ ਚਿੱਟਾ ਗਰਬ ਹੈਗਾ ਇਹ ਆਪਣਾ ਗਰਾਊਡ ਨਟ ਦਾ ਮੂੰਗਫਲੀ ਦਾ ਮੇਜਰ ਇਨਸੈਕਟ ਹੈ ਜੀ ਬਹੁਤ ਮੂੰਗਫਲੀ ਨੂੰ ਬਹੁਤ ਜ਼ਿਆਦਾ ਇੰਪੈਕਟ ਕਰਦਾ ਸੋ ਤੁਸੀਂ ਸੁਣਨਾ ਇਹ ਜੜਾਂ ਤੇ ਇਫੈਕਟ ਕਰਦਾ ਹੈ ਤਣੇ ਤੇ ਕਰਦਾ ਹੈ ਜੀ ਪੱਤੀਆਂ ਤੇ ਕਰਦਾ ਜਾਂ ਫਿਰ ਡੀ ਆਲ ਆਫ ਦੀਸ ਸੋ ਤੁਸੀਂ ਸੁਣਨਾ ਜੀ ਵਾਈਟ ਗਰਬ ਕਿੱਥੇ ਇੰਪੈਕਟ ਕਰਦਾ ਹੈ ਜੀ ਸੋ ਦ ਰਾਈਟ ਦੇ ਕਰੈਕਟ ਆਨਸਰ ਹੈ ਜੀ ਏ 옵ਸ਼ਨ ਇਹ ਜੜਾਂ ਤੇ ਇਫੈਕਟ ਕਰਦਾ ਸੀ ਉਹ ਜਿਹੜਾ ਮੇਜਰ ਜਿਹੜਾ ਇੰਪੈਕਟ ਹੁੰਦਾ ਜੜਾਂ ਤੇ ਹੁੰਦਾ ਹੈ ਇਹ ਜੜਾਂ ਤੇ ਬਹੁਤ ਜ਼ਿਆਦਾ ਇੰਪੈਕਟ ਕਰਦਾ ਹੈ ਮੂੰਗਫਲੀ ਨੂੰ ਬਹੁਤ ਜ਼ਿਆਦਾ ਖਰਾਬ ਕਰਦਾ ਵਾਈਟ ਗਰਬ ਇਸੀ ਦੇ ਛੇਵਾਂ ਚਿੱਟੇ ਰੰਗ ਦਾ ਹੁੰਦਾ ਜੀ ਕੁਛ ਐਤਾ ਦੇ ਰੰਗ ਦੀ ਸੁੰਡੀ ਹੁੰਦੀ ਹੈ ਇਹ ਮੂੰਗਫਲੀ ਨੂੰ ਸਾਰਾ ਥੱਲੋਂ ਖਾ ਜਾਂਦੀ ਹੈ ਬਹੁਤ ਜ਼ਿਆਦਾ ਮੇਜਰ ਪ੍ਰੋਬਲਮ ਆਉਂਦੀ ਕਿਨੂ ਦੇ ਵਿੱਚ ਆਉਂਦੀ ਹੋਰ ਵੀ ਕਾਫੀ ਆਉਂਦੀ ਹੈ ਲੇਕਿਨ ਸਭ ਤੋਂ ਜ਼ਿਆਦਾ ਮੇਜਰ ਇੰਪੈਕਟ ਹੁੰਦਾ ਜੀ ਉਹ ਮੂੰਗਫਲੀ ਦੇ ਅੰਦਰ ਹੁੰਦਾ ਹੈ ਗਰਾਊਂਡ ਨਟ ਤੇ ਹ ਚਲੋ ਜੀ ਅਸੇ ਨਾਲ ਜਿਹੜਾ ਆਪਣਾ ਅੱਜ ਦਾ ਲੈਕਚਰ ਓਵਰ ਹੁੰਦਾ ਜੀ ਐਮਸੀਕਿਊ ਸੀਰੀਜ਼ ਦਾ ਸੋ ਸਟੂਡੈਂਟਸ ਅਗਰ ਤੁਸੀਂ ਸਾਡੇ ਪੇਡ ਗਰੁੱਪਸ ਨੂੰ ਜੋਇਨ ਕਰਨਾ ਚਾਹੁੰਦੇ ਹੋ ਸੋ ਮੋਰ ਇਨਫੋਰਮੇਸ਼ਨ ਵਾਸਤੇ ਅਗਰ ਤੁਸੀਂ ਸਾਡੇ ਪੇਡ ਗਰੁੱਪ ਵਿੱਚ ਜੋਇਨ ਕਰਨਾ ਚਾਹੁੰਦੇ ਹੋ ਜੋ ਕਿ ਸਾਡੇ 5 ਮਾਰਚ ਨੂੰ ਸਟਾਰਟ ਹੋ ਗਏ ਨੇ ਉਹਨਾਂ ਨੂੰ ਤੁਸੀਂ ਅਗਰ ਜੋਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੰਬਰਾਂ ਤੇ ਇਕਸਾਈਲ ਸਰ ਨੂੰ ਕੰਟੈਕਟ ਕਰਕੇ ਸਾਡੇ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਜੋਇਨ ਕਰ ਸਕਦੇ ਹੋ ਠੀਕ ਹੈ ਜੀ ਸੋ ਇਹਨਾਂ ਪੇਡ ਕੋਰਸ ਦੀ ਜਿਹੜੀ ਫੀ ਹੈਗਾ ਜੀ ਉਹ 6000 ਰੁਪਏ ਫੀ ਹੈਗੀ ਹੈ ਜੀ ਠੀਕ ਹੈ ਜੀ ਉਹ 1 ਸਾਲ ਦੀ ਹੋਏਗੀ 1 ਇਅਰ ਦੀ ਵੈਲਿਡਿਟੀ ਨਾਲ ਹੋਏਗੀ ਇਹਦੇ ਤੁਹਾਨੂੰ ਹਰ ਸਾਰੇ ਸਬਜੈਕਟ ਕਵਰ ਹੋ ਜਾਣਗੇ ਯਾਨੀ ਕਿ ਨਾ ਸਿਰਫ ਪਟਵਾਰੀ ਯਾਨੀ ਕਿ ਸਿਰਫ ਪਟਵਾਰੀ ਵੀ ਨਹੀਂ ਬਲਕਿ ਬਾਕੀ ਸਾਰੇ ਐਗਜ਼ਾਮ ਕਰੀਅਰ ਹੋਏ ਰਗੇ ਇਹਦੇ ਵਿੱਚ ਨੈਪ ਤਸਿਲਦਾਰ ਵੀ ਹੋ ਜਾਏਗਾ ਜੀ ਆਪਣਾ ਐਂਟੀਟੀ ਤਾਂ ਚਲੋ ਨਹੀਂ ਐਂਟੀਟੀ ਤਾਂ ਇਹਨੂੰ ਕੁਝ ਅਲੱਗ ਆ ਜੇ ਆ ਠੀਕ ਹੈ ਜੀ ਸੋ ਸਾਰੇ ਇਹਦੇ ਵਿੱਚ ਕਲੀਅਰ ਹੋ ਜਾਏਗਾ ਜੀ ਠੀਕ ਹੈ ਜੀ ਸੋ ਸਟੂਡੈਂਟਸ ਜੇ ਐਸੇ ਨਾਲ ਜਿਹੜਾ ਆਪਣਾ ਅੱਜ ਦਾ ਲੈਕਚਰ ਓਵਰ ਹੁੰਦਾ ਸੋ ਸਟੂਡੈਂਟ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਜੇ ਕਮੈਂਟ ਸੈਕਸ਼ਨ ਕਰਿਓ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱ ਤਾਕੀ ਵੱਧ ਤੋਂ ਵੱਧ ਜਿਹੜੇ ਆਪਣੇ ਫਰੈਂਡਸ ਐਸ ਵੀਡੀਓ ਦਾ ਫਾਇਦਾ ਰੱਖ ਸਕਣ ਸੋ ਤੁਸੀਂ ਇਸ ਵਾਰ ਵੱਧ 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 ਤੋਂ ਵੱਧ ਇਸ ਵੀਡੀਓ ਨੂੰ ਤੁਸੀਂ ਲਾਈਕ ਕਰਨਾ ਹੈ ਤੇ ਆਪਦੇ ਵੱਧ ਤੋਂ ਵੱਧ ਫਰੈਂਡ ਨੂੰ ਆਪਦੀ ਸ਼ੇਅਰ ਵੀ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਸਟੂਡੈਂਟਸ ਸੋ ਕੱਲ ਠੀਕ ਸਹੀ ਐਸੇ 7 ਵਜੇ ਆਪਾਂ ਦੁਬਾਰਤ ਮਿਲ ਰਹੇ ਹਾਂ ਜੀ ਕੱਲ ਦੇ ਸਟੂਡੈਂਟਸ ਕੱਲ ਦੇ ਚੈਪਟਰ ਦਾ ਆਪਣਾ ਕੱਲ ਜਿਹੜਾ ਐਮਸੀਕਿਊ ਦਾ ਵਿਸ਼ਾ ਹੋਏਗਾ ਉਹ ਆਪਣਾ ਟਾਈਪਸ ਆਫ ਇਰੀਗੇਸ਼ਨ ਹੋਏਗਾ ਕੱਲ ਆਪਾਂ ਇਰੀਗੇਸ਼ਨ ਤੇ ਸਿੰਚਾਈ ਦੇ ਕੁਝ ਆਪਾਂ ਇੰਪੋਰਟੈਂਟ ਐਮਸੀਕਿਊਜ਼ ਕਰਕੇ ਆਵਾਂਗੇ ਸੋ ਸਟੂਡੈਂ ਟਿਊਰੀ ਪੜ੍ਹ ਕੇ ਆਇਓ ਤਾਂ ਕਿ ਤੁਹਾਨੂੰ ਜਿਹੜੇ MCQ's ਨੇ ਵੈਵ ਦੇ ਤਰੀਕੇ ਨਾਲ ਯਾਦ ਹੋ ਸਕਣ। ਸੋ ਸਟੂਡੈਂਟ ਥੈਂਕ ਯੂ ਅਸਨੇ ਜੇ ਆਪਣਾ ਅੱਜ ਦਾ ਲੈਕਚਰ ਓਵਰ ਹੁੰਦਾ ਜੀ। ਸੋ ਠੀਕ ਸਹੀ ਕੱਲ 7 ਵਜੇ ਦੁਆਰ ਤੋਂ ਮਿਲ ਰਿਹਾ। ਥੈਂਕ ਯੂ ਬਾਏ ਬਾਏ। ਗੁੱਡ ਈਵਨਿੰਗ ਟੂ ਆਲ ਆਫ ਯੂ।